75 ਤੋਂ ਇਸ ਫੀਲਡ ਦੇ ਵਿੱਚ ਐਕਟਿਵ ਹੋਣਾ ਜੀ ਤੁਹਾਡੇ ਤੋਂ ਪਤਾ ਨਹੀਂ ਲੱਗਦਾ ਉਮਰ ਦਾ ਹਨਾ ਕਿਵੇਂ ਆਪਣੇ ਆਪ ਨੂੰ ਇਦਾਂ ਮੇਨਟੇਨ ਕਰਦੇ ਹੋ ਐਕਚੁਅਲੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਉਮਰ ਤੇ ਮੇਰੀ ਸੀਗੀ ਹਸਣ ਖੱਢਣ ਵਾਲੀ ਬਚਪਨਾ ਸੀ ਜਦਾਂ ਤੇ ਲੋਕਾਂ ਨੂੰ ਭੁਲੇਖਾ ਪੈਂਦਾ ਕਿ ਰਾਖੀ ਪਤਾ ਨਹੀਂ ਕਿੰਨੀ ਕ ਵੱਡੀ ਹੋਏਗੀ 2009 ਦੇ ਵਿੱਚ ਆ ਕੇ ਤੁਹਾਡਾ ਜਦੋਂ ਵਿਆਹ ਹੁੰਦਾ ਉਸ ਤੋਂ ਬਾਅਦ ਫਿਰ 6 ਸਾਲ 2015 ਦੇ ਵਿੱਚ ਜਾ ਕੇ ਤੁਸੀਂ ਵਿਰਜਾ ਕਰਦੇ ਹੋ 6 ਸਾਲ ਰਾਖੀ ਹੁੰਦਲ ਕਿਉਂ ਨਹੀਂ ਇਸ ਫੀਲਡ ਦੇ ਵਿੱਚ ਦੁਬਾਰਾ ਐਕਚੁਅਲੀ ਮੈਂ 5 ਸਾਲ ਇੰਨਾ ਕੰਮ ਕੀਤਾ ਹਰ ਸਾਲ ਟੂਰ ਵੀ ਸ਼ੋ ਵੀ ਮੈਨੂੰ ਲੱਗਦਾ ਸੀ ਕਿ ਹੁਣ ਮਤਲਬ ਇੱਥੇ ਬ੍ਰੇਕ ਹੋਣੀ ਚਾਹੀਦੀ ਆ ਕੰਮ ਸਾਰੀ ਜ਼ਿੰਦਗੀ ਨਹੀਂ ਮੁੱਕਦਾ ਪਰਿਵਾਰ ਦੁਬਾਰਾ ਨਹੀਂ ਮਿਲਦਾ ਕਿਉਂਕਿ ਮੈਨੂੰ ਅਕਸਰ ਲੋਕ ਕਹਿ ਦਿੰਦੇ ਸੀ ਰਾਖੀ ਜੇ ਤੂੰ ਉਦੋਂ ਨਾ ਛੱਡਿਆ ਹੁੰਦਾ ਅੱਜ ਤੁਸੀਂ ਤੇ ਮੈਂ ਕਿਹਾ ਅੱਜ ਵੀ ਮੈਂ ਜਿੱਥੇ ਮੈਂ ਬਹੁਤ ਖੁਸ਼ ਆਂ ਕਾਤ ਕੱਲੀਆਂ ਜਿਹੜੀਆਂ ਫਿਲਮ ਆ ਰਹੀਆਂ ਹਨ ਇਹਦੇ ਵਿੱਚ ਅਸੀਂ ਦੇਖਦੇ ਹਾਂ ਜਿੰਨੇ ਵੀ ਇਹ ਕਰੈਕਟਰ ਰੋਲ ਨੇ ਆਏ ਹੁੰਦਾ ਵੀ ਬਸ ਹੀਰੋ ਤੇ ਹੀਰੋਇਨ ਚੇਂਜ ਕਰਦੇ ਬਾਕੀ ਉਹੀ ਟੀਮ ਹੁੰਦੀ ਆਲਮੋਸਟ ਸਾਰੀ ਹਨ ਕੀ ਲੱਗਦਾ ਕਰੈਕਟਰ ਰੋਲ ਇਨੇ ਘੱਟ ਕਾ ਤੋਂ ਹਾਂ ਬਿਲਕੁਲ ਕਿਉਂਕਿ ਥੀਏਟਰ ਦੇ ਆਰਟਿਸਟ ਜ਼ਿਆਦਾਤਰ ਵਿਲੇ ਹੀ ਨੇ ਮੈਂ ਜੇ ਕਹਾਂ ਨਾ ਰੀਅਲ ਜਿਹੜੇ ਆਰਟਿਸਟ ਨੇ ਉਹ ਵਿਲੇ ਹੀ ਨੇ ਫਿਰ ਜਦੋਂ ਫਿਰ ਐਡੀਟਿੰਗ ਹੁੰਦੀ ਹੈ ਜਾਂ ਉਦੋਂ ਫਿਰ ਕੈਂਚੀ ਚੱਲਦੀ ਹੈ ਅੱਧੇ ਤੋਂ ਅੱਧਾ ਵੀ ਪਾਰਟ ਰਹਿ ਜਾਂਦਾ ਇੱਕ ਫਿਲਮ ਸੀਗੀ ਆਈ ਵਿੱਚ ਮੈਂ ਨਾਮ ਨਹੀਂ ਲੈਣਾ ਉਹਦਾ ਤੁਸੀਂ ਡੇ ਨਾਈਟ ਦੇ ਤੱਕ ਉਹਦੇ ਚ ਕੰਮ ਕੀਤਾ ਤੁਹਾਡੇ ਕੋਲ ਡਾਇਲੋਗ ਜਿਵੇਂ ਕਿ ਪੂਰੀ ਫਿਲਮ ਚ ਡਾਇਲੋਗ ਹੈ ਨਹੀਂ ਕਿਹੜੀ ਫਿਲਮ ਹੈ ਤੁਸੀਂ ਨਾਮ ਲੈ ਦਿਓ ਫਿਲਮ ਆਪਣੇ ਜਿਹੜੀ ਆਈ ਸਿਕ ਸੰਧੂ ਹੁੰਦਾ ਸੀ ਇੱਕ ਸੰਧੂ ਹੁੰਦਾ ਜਿਹੜੇ ਕੈਰੈਕਟਰ ਆਰਟਿਸਟ ਨੇ ਚਾਹੇ ਜਿਵੇਂ ਤੁਸੀਂ ਰੋਲ ਕਰਦੇ ਹੋ ਉਹਨੂੰ ਮੈਡਮ ਨਿਰਮਰਿਸ਼ ਕੀ ਇਹਨਾਂ ਨੂੰ ਪੂਰੀ ਪੇਮੈਂਟ ਉਸ ਹਿਸਾਬ ਨਾਲ ਮਿਲਦੀ ਹੈ ਮੈਂ ਸਿੱਧਾ ਅੱਜ ਬਿਲਕੁਲ ਕਹਾਂਗੀ ਕਿ ਫੀਮੇਲ ਆਰਟਿਸਟ ਦੀ ਪੇਮੈਂਟ ਵੇਲੇ ਇਹ ਲੋਕ ਕਹਿ ਦਿੰਦੇ ਨੇ ਜੀ ਬਜਟ ਘਟ ਹੈ ਤੇ ਜਦੋਂ ਮੇਨ ਨੂੰ ਦੇਣਾ ਹੁੰਦਾ ਕਰੋੜਾਂ ਦੇ ਵਿੱਚ ਕਿਉਂ ਕਿ ਕੈਰੈਕਟਰ ਆਰਟਿਸਟ ਦੇ ਬਿਨਾ ਵੀ ਤਾਂ ਬਾਕੀ ਸਾਰੇ ਜ਼ੀਰੋ ਹੀ ਨੇ ਤੁਹਾਨੂੰ ਲੱਗਦਾ ਕੈਰੈਕਟਰ ਆਰਟਿਸਟਾਂ ਪੌੜੀਆਂ ਹੀ ਇਹ ਸਿੰਗਰ ਚੜਦੇ ਆ ਸਾਰੇ ਬਿਲਕੁਲ ਸਾਰੇ ਦੇਖੋ ਜੇ ਉਹ ਫਿਲਮ ਦੇ ਵਿੱਚ ਤੁਹਾਡੇ ਭਰਾ ਬਣਾਇਆ ਭੈਣ ਬਣਾਇਆ ਦਾਦੀ ਨਾਨੀ ਚਾਚੀ ਨਹੀਂ ਦਿਖਣਗੇ ਫਿਰ ਤੁਸੀਂ ਕੱ ਜੱਟ ਤੇ ਚੜਦੇ ਮੇਰੇ ਜ਼ੇਖਾਨ ਨੂੰ ਵੱਡੀ ਭਾਬੀ ਲੈਿੰਦੀ ਥੰਮ ਵੇ ਮੈਂ ਕਦੇ ਨਾ ਧਿਓਰ ਬੰਗਾਰਿਆ ਜੱਟਾ ਕਦੀ ਨਾ ਆਇਓ ਕੰਮ ਕਦੇ ਨਾ ਧਿਓਰ ਬੰਗਾਰਿਆ ਬੰਗਾਰਿਆ ਪ੍ਰੋਗਰਾਮ ਰੂਬਰੂ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਦੀ ਇੱਕ ਮਾਣਮੱਤੀ ਮੁਟਿਆਰ ਦੇ ਨਾਲ ਮਲਾਉਣ ਜਾ ਰਿਹਾ ਜਿਹੜੀ ਗਾਇਕੀ ਦੀ ਵੀ ਗੱਲ ਕਰਦੀ ਆ ਪੰਜਾਬੀ ਫੋਕ ਦੀ ਗੱਲ ਕਰਦੀ ਆ ਤੇ ਫਿਲਮਾਂ ਦੇ ਵਿੱਚ ਬਾਖੂਬੀ ਅਦਾਕਾਰ ਦੇ ਤੌਰ ਤੇ ਜਾਣੀ ਜਾ ਰਹੀ ਹੈ ਆਓ ਗੱਲਬਾਤ ਕਰਦੇ ਆ ਮੈਡਮ ਰਾਖੀ ਹੁੰਦਲ ਹੋਣਾ ਦੇ ਨਾਲ ਮੈਮ ਸਵਾਗਤ ਆ ਸਾਡੇ ਪ੍ਰੋਗਰਾਮ ਅਰੂਬਰੂ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਪ੍ਰਦੀਪ ਜੀ ਔਰ ਤੁਹਾਡਾ ਵੀ ਸਾਰੇ ਹੀ ਜਿਹੜੇ ਸਾਡੇ ਸਰੋਤੇ ਨੇ ਦਰਸ਼ਕ ਨੇ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਦਾ ਵੀ ਤੇ ਅਦਲੇ ਸ਼ੁਕਰੀਆ ਦਾ ਕਰਦੀ ਆਂ ਔਰ ਥੈਂਕ ਯੂ ਸੋ ਮਚ ਤੁਸੀਂ ਤਕਰੀਬਨ 95 ਤੋਂ ਇਸ ਫੀਲਡ ਦੇ ਵਿੱਚ ਐਕਟਿਵ ਹੋ ਹਨ ਜੀ ਅ ਮਤਲਬ ਕੀ ਖਾਂਦੀ ਮੋਟਿਆਰੇ ਦਿਨ ਦਿਨ ਸੋਹਣੀ ਹੁੰਦੀ ਜਾਂਦੀ ਹੈ ਤੁਹਾਡੇ ਤੋਂ ਪਤਾ ਨਹੀਂ ਲੱਗਦਾ ਉਮਰ ਦਾ ਹਨਾ ਕਿਵੇਂ ਆਪਣੇ ਆਪ ਨੂੰ ਇਦਾਂ ਮੇਨਟੇਨ ਕਰਦੇ ਹੋ ਐਕਚੁਅਲੀ ਤਾਂ ਸ਼ੁਰੂ ਕੀਤਾ ਸੀ ਉਦੋਂ ਉਮਰ ਤੇ ਮੇਰੀ ਸੀਗੀ ਹਾਸਣ ਖੇਡਣ ਵਾਲੀ ਬਚਪਨਾ ਸੀ ਜਦਾਂ ਤੇ ਜਿਹੜੇ ਅਸਲ ਦੇ ਵਿੱਚ ਜਿਹੜੀ ਉਮਰ 'ਚ ਬੱਚੇ ਖੇਡਦੇ ਆ ਨਾ ਸ਼ਰਾਰਤਾਂ ਕਰਦੇ ਆ ਮੇਰੇ ਮੇਰੇ ਸਿਰ ਤੇ ਉਦੋਂ ਜ਼ਿੰਮੇਵਾਰੀਆਂ ਪੈ ਗਈਆਂ ਸੀ 14 ਸਾਲ ਦੀ ਉਮਰ ਤੇ ਜਦੋਂ ਬੱਚਾ ਹੋਸ ਸੰਭਾਲਦਾ ਉਦੋਂ ਮੈਂ ਚਾਹੁੰਦੀ ਸੀ ਮੈਂ ਟੀਚਰ ਬਣਾ ਪਰ ਘਰ ਦੇ ਜਿਵੇਂ ਲਿਖੀ ਸੀ ਪ੍ਰਮਾਤਮਾ ਨੇ ਹੈਨਾ ਉਵੇਂ ਹੀ ਬਸ ਛੋਟੀ ਉਮਰ 'ਚ ਕੈਰੀਅਰ ਸ਼ੁਰੂ ਹੋ ਗਿਆ ਤੇ ਐਸੇ ਐਸੇ ਲੈਜੈਂਡਸ ਨਾਲ ਕੰਮ ਕੀਤਾ ਤੇ ਲੋਕਾਂ ਨੂੰ ਭੁਲੇਖਾ ਪੈਂਦਾ ਕਿ ਰਾਖੀ ਪਤਨੀ ਕਿੰਨੀ ਕ ਵੱਡੀ ਹੋਏਗੀ ਤੁਹਾਨੂੰ ਅੱਜ ਦਾ ਸਾਰੇ ਰਾਖੀ ਹੁੰਦਲ ਦੇ ਨਾਮ ਦੇ ਨਾਲ ਜਾਣਦੇ ਕਿਉਂਕਿ ਤੁਹਾਡੀ ਸਿਸਟਰ ਲੱਖੀ ਹੁੰਦਲ ਹਨਾ ਬਹੁਤ ਵੱਡੇ ਆਰਟਿਸਟ ਸੀਗੇ ਇਸ ਲਾਈਨ ਦੇ ਵਿੱਚ ਔਰ ਉਹਨਾਂ ਦੀ ਸਪੋਰਟ ਹੀ ਸੀ ਜਿਹਦੇ ਕਰਕੇ ਫਿਰ ਤੁਸੀਂ ਇਸ ਲਾਈਨ ਦੇ ਵਿੱਚ ਆਏ ਤੇ ਰਾਣੀ ਹੁੰਦਲ ਤੋਂ ਰਾਖੀ ਹੁੰਦਲ ਕਿਵੇਂ ਬਣੀ ਸੀ ਇਹ ਰਾਣੀ ਘਰ ਦਾ ਨਾਮ ਸੀ ਹਾਂ ਇਹ ਸੁਖਵਿੰਦਰ ਕੌਰ ਮੇਰਾ ਅਸਲੀ ਨਾਮ ਆ ਸੁਖਵਿੰਦਰ ਕੌਰ ਜਿਹੜਾ ਕਿ ਸਾਰੇ ਜਗ੍ਹਾ ਤੇ ਚੱਲਦਾ ਜਿਹੜਾ ਪਾਸਪੋਰਟ ਤੇ ਪਾਸਪੋਰਟ ਤੇ ਆ ਔਰ ਸਕੂਲ ਦੇ ਸਰਟੀਫਿਕੇਟ ਤੇ ਆ ਪਰ ਰਾਖੀ ਤੋਂ ਜਦੋਂ ਮੈਂ ਰਾਖੀ ਬਣੀ ਉਦੋਂ ਮੇਰੀ ਭੈਣ ਆਲਰੇਡੀ ਫਿਲਮਾਂ ਚ ਆ ਕੇ ਲਖਵਿੰਦਰ ਤੋਂ ਲਖੀ ਹੁੰਦਲ ਬਣ ਚੁੱਕੀ ਸੀ ਤੇ ਜਦੋਂ ਮੈਂ ਉਹਨਾਂ ਦੇ ਨਾਲ ਸ਼ੂਟਿੰਗਾਂ ਤੇ ਜਾਣਾ ਸ਼ੁਰੂ ਕੀਤਾ ਫਿਲਮ ਜੈਲਦਾਰ ਦੇ ਸੈੱਟ ਤੇ ਗਏ ਦਿਲਾਂ ਦੇ ਸੌਦੇ ਕਾਫੀ ਸ਼ੂਟਿੰਗ ਤੇ ਮੈਂ ਗਈ ਤੇ ਸਾਰੇ ਨੇ ਜਦੋਂ ਆਵਾਜ਼ ਸੁਣੀ ਤੇ ਕਹਿੰਦੇ ਨਹੀਂ ਇਹਦਾ ਇੱਕ ਤਾਂ ਨਾਮ ਚੇਂਜ ਕਰ ਦੇ ਤੇ ਇੱਕ ਇਹਨੂੰ ਨਾ ਤੂੰ ਸਿੰਗਰ ਬਣਾ ਹਾਲਾਂਕਿ ਮੇਰੀ ਬਿਲਕੁਲ ਵੀ ਚੋਇਸ ਨਹੀਂ ਸੀ ਕਿ ਨਾ ਸਿੰਗਰ ਬਣਾ ਇੱਕ ਸ਼ਰਮਾ ਅਕਲ ਜੀ ਘੇਲੂ ਕੁੜੀ ਅੱਜ ਵੀ ਮੈਂ ਬਹੁਤ ਘਰੇਲੂ ਆ ਤੇ ਉਹ ਫਿਰ ਜਦੋਂ ਦੀਦੀ ਹੁਣਾਂ ਨੇ 95 ਚ ਸੋਚਿਆ 94 ਦੇ ਵਿੱਚ ਹੂੰ ਫਿਰ ਪ੍ਰੋਫੈਸ਼ਨਲੀ ਉਹਨਾਂ ਨੇ ਸੋਚਿਆ ਕਿ ਆ ਹੁੰਦਲ ਵੀ ਹੋਣਾ ਚਾਹੀਦਾ ਹੂੰ ਤੇ ਸੁਖੀ ਸੁਖਵਿੰਦਰ ਬਹੁਤ ਨਾਮ ਨੇ ਫਿਰ ਭੈਣ ਡਿਫਰੈਂਟ ਦਿਕੇ ਉਹਨੇ ਕਿਹਾ ਕਿ ਇੱਕ ਰਾਖੀ ਜਿਹੜੀ ਗੁਲਜ਼ਾਰ ਹਿੰਦੀ ਫਿਲਮਾਂ ਚ ਹੈ ਫਿਰ ਰਾਖੀ ਉਹਨਾਂ ਦੇ ਮਾਈਂਡ ਚ ਆਇਆ ਔਰ ਉਥੋਂ ਫਿਰ ਰਾਖੀ ਹੁੰਦਲ ਜਿਹੜਾ ਮੇਰਾ ਨਾਮ ਹੈ ਉਹ ਪੈ ਗਿਆ ਸਟਿਲ ਵਾਕਈ ਇਸ ਲਾਈਨ ਦੇ ਵਿੱਚ ਨਾ ਇਸ ਲਾਈਨ ਦੇ ਵਿੱਚ ਖਾਸ ਤੌਰ ਤੇ ਆਪਣੇ ਪੰਜਾਬੀ ਪਰਿਵਾਰਾਂ ਦੇ ਵਿੱਚ ਨਾ ਕੁੜੀਆਂ ਨੂੰ ਆਉਣ ਤੋਂ ਵਰਜਿਆ ਜਾਂਦਾ ਕੁੜੀਆਂ ਨੂੰ ਕਿਹਾ ਜਾਂਦਾ ਵੀ ਇਹ ਲਾਈਨ ਤੁਹਾਡੇ ਲਈ ਸੇਫ ਨਹੀਂ ਹਨਾ ਜਾਈਂ ਇਸ ਲਾਈਨ ਦੇ ਵਿੱਚ ਨਾ ਆਓ ਸਾਡੇ ਪਰਿਵਾਰਾਂ ਵਿੱਚ ਇਦਾਂ ਨਹੀਂ ਹੁੰਦਾ ਸੋ ਤੁਹਾਡੀ ਭੈਣ ਪਹਿਲਾਂ ਇਸ ਲਾਈਨ ਦੇ ਵਿੱਚ ਸੀ ਉਹਦੀ ਕਿੰਨੀ ਕਿ ਸਪੋਰਟ ਸੀ ਤੁਹਾਨੂੰ ਇਸ ਲਾਈਨ ਵਿੱਚ ਲਿਆਉਣ ਵਿੱਚ ਸਪੋਰਟ ਕਾਫੀ ਸੀ ਮੇਰੀ ਮਦਰ ਸੀ ਉਹਨਾਂ ਦੀ ਵੀ ਸਪੋਰਟ ਸੀ ਫੈਮਿਲੀ ਦੀ ਕਿਉਂਕਿ ਪਹਿਲਾਂ ਸਾਡੇ ਚਾਚੀ ਜੀ ਸੀਗੇ ਅੰਮ੍ਰਿਤਸਰ ਉਹ ਫਿਲਮਾਂ ਚ ਉਹ ਗਾਇਆ ਕਰਦੇ ਸੀ ਤੇ ਥੋੜਾ ਜਿਹਾ ਮਾਹੌਲ ਉਹਨਾਂ ਦੇ ਪਰਿਵਾਰ ਚ ਸੀਗਾ ਪਰ ਕਿਉਂਕਿ ਅਸੀਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਸੀ ਸੋ ਇੱਕ ਪ ਵੀ ਪਰਿਵਾਰ ਦੇ ਹੋਣ ਕਰਕੇ ਥੋੜਾ ਜਿਹਾ ਹੁੰਦਾ ਸੀ ਉਹਨਾਂ ਨੂੰ ਵੀ ਵੀ ਇਹ ਕੁੜੀਆਂ ਕਿਹੜੇ ਕੰਮ 'ਚ ਹਨਾ ਪਰ ਜਦੋਂ ਦੀਦੀ ਫਿਲਮਾਂ ਦੇ ਵਿੱਚ ਗਏ ਤਾਂ ਫਿਰ ਮੇਰੀ ਆਵਾਜ਼ ਸੁਣੀ ਮੇਰੇ ਔਰ ਜ਼ਿਆਦਾ ਜੋਰ ਕੀਤਾ ਮੇਰੇ ਟੀਚਰਸ ਜਿਹੜੇ ਸੀਗੇ ਸਕੂਲ 'ਚ ਜਦੋਂ ਉਹਨਾਂ ਨੇ ਪ੍ਰੇਅਰ ਕਰਨੀ 5ਵੀਂ ਤੋਂ ਲੈ ਕੇ 10ਵੀਂ ਤੱਕ ਅਸੀਂ ਹਰਮੋਨੀਅਮ ਨਾਲ ਗਾਇਆ ਪ੍ਰੇਅਰ ਕੀਤੀ ਤੇ ਫਿਰ ਉਹਨਾਂ ਨੇ ਵੀ ਕਿਹਾ ਕਿ ਮੰਮੀ ਹੁਣਾਂ ਨੂੰ ਕਿ ਸਾਰੇ ਨੂੰ ਕੀ ਤੁਸੀਂ ਇਹ ਦੀ ਆਵਾਜ਼ ਅੱਛੀ ਹੈ ਇਹਨੂੰ ਤੁਸੀਂ ਐਜ਼ ਏ profession ਇਹਨੂੰ ਹੀ ਜੁਆਇਨ ਕਰਾਓ ਫਿਰ ਕਿੱਥੋਂ ਸਿੱਖੀ ਤਾਲੀਮ ਕਿੱਥੋਂ ਲਈ ਮੈਂ ਤਾਲੀਮ ਮੈਂ ਬਚਪਨ 'ਚ ਮੇਰੇ ਗੁਰੂ ਜਿਹੜੇ ਸੀਗੇ ਸ਼੍ਰੀ ਮਹਾਵੀਰ ਪ੍ਰਸਾਦ ਮੁਕੇਸ਼ ਜੀ ਨੇ ਹੁਣ ਤਾਂ ਬਹੁਤ ਬਜ਼ੁਰਗ ਹੋ ਚੁੱਕੇ ਨੇ ਸਰਸਾਰ ਹਰਿਆਣਾ ਉਹਨਾਂ ਤੋਂ ਹੀ ਮੇਰੀ ਮੇਰੀ ਮਦਰ ਨੂੰ ਇੱਕ ਬੜਾ ਸੀਗਾ ਕਿ ਮੇਰੇ ਬੱਚੇ ਨੂੰ ਨਾ ਸਾਰੇ ਕੰਮ ਆਉਣੇ ਚਾਹੀਦੇ ਆ ਸੋ ਉਹਨਾਂ ਨੇ ਮੈਨੂੰ ਕੱਤਲ ਆਲ ਰਾਉਂਡਰ ਹੋਣਾ ਚਾਹੀਦਾ ਆਲ ਰਾਉਂਡਰ ਕਥਕ ਡਾਂਸ ਵੀ ਮੈਨੂੰ ਸਿਖਾਇਆ ਤੇ ਉੱਥੇ ਹੀ ਗੁਰੂ ਜੀ ਕੋਲੋਂ ਮੈਂ ਸੰਗੀਤ ਦੀ ਵੀ ਸਿੱਖਿਆ ਲਈ ਤੇ ਉਹਨਾਂ ਦੇ ਸੰਗੀਤ ਦੀ ਮੈਂ ਐਮ ਐਮ 뮤직 ਵੀ ਕੰਪਲੀਟ ਕੀਤੀ ਔਰ ਬਿਊਟੀ ਪਾਰਲਰ ਕੀ ਸਲਾਈ ਕਢਾਈ ਕੀ ਸਾਰੇ ਕੰਮ ਜਿੰਨੇ ਨੇ ਕੁਕਿੰਗ ਬਹੁਤ ਵਧੀਆ ਕਰਦੀ ਆ ਮੈਂ ਮਤਲਬ ਉਹ ਸਾਰਾ ਕਰਦੇ ਕਰਾਉਂਦੇ ਆ ਮਤਲਬ ਜਦੋਂ ਮੈਂ ਘਰੋਂ ਨਿਕਲੀ ਆ ਤੇ ਮਤਲਬ ਪਰਫੈਕਟਲੀ ਮੈਨੂੰ ਉਹਨਾਂ ਨੇ 14 ਸਾਲ ਦੀ ਉਮਰ 'ਚ ਮੈਂ ਕਵੇਂ ਸੀ ਕਿ ਜਿਹੜਾ ਮਰਜ਼ੀ ਕੰਮ ਕਰਾ ਲਓ ਫਿਰ ਪਿੱਛੇ ਮੁੜ ਕੇ ਵੇਖਿਆ ਨਹੀਂ ਔਰ ਘਰ ਦੇ ਸਪੋਰਟ ਰਹੀ ਕਾਫੀ ਤੇ ਸ਼ੁਰੂ ਸ਼ੁਰੂ ਚ ਜਦੋਂ ਅਸੀਂ 95 ਚ ਅਮਰੀਕਾ ਜਾਣਾ ਸੀ ਭੈਣਾ ਨੇ ਤੇ ਮੇਰੀ ਮੰਮੀ ਨੇ ਸਾਲ ਪਹਿਲੇ ਪਾਸਪੋਰਟ ਬਣਵਾ ਲੇ ਹੂੰ ਤੇ ਸਾਡੇ ਜਿਹੜੇ ਸੀਗੇ ਪਿੰਡ ਚੋ ਕੁਝ ਲੋਕ ਰਿਸ਼ਤੇਦਾਰ ਉਹ ਕਹਿੰਦੇ ਲੈ ਪਾਸਪੋਰਟ ਤੇ ਆ ਬਣਾਉਂਦੇ ਜਿਵੇਂ ਅੱਜ ਹੀ ਜਾਜੇ ਚੜ ਜਾਣਾ ਹੂੰ ਤੇ ਮੇਰੀ ਮੰਮੀ ਹਮੇਸ਼ਾ ਕਹਿੰਦੇ ਹੁੰਦੇ ਸਨ ਫਿਰ ਮੂੰਹ ਬੰਦ ਕੀਤੇ ਜਾ ਜੱਜ ਚੜ ਕੇ ਮੈਂ ਉਹ ਹੀ ਦੱਸਦੀ ਆ ਜਦੋਂ 95 ਚ ਸਾਡਾ ਵੀਜ਼ਾ ਲੱਗਿਆ ਤੇ ਉਹ ਤੋਂ ਪਹਿਲਾਂ ਮੰਮੀ ਨੇ ਉਹਨਾਂ ਨੂੰ ਇਹ ਜਵਾਬ ਦੇਣਾ ਕਹਿੰਦੇ ਕਿ ਭਾਂਡਾ ਨਾ ਮਾਂਜ ਕੇ ਰੱਖਣਾ ਚਾਹੀਦਾ ਪਤਾ ਨਹੀਂ ਰੱਬ ਨੇ ਖੈਰ ਕਦੋਂ ਪਾ ਦੇਣੀ ਹੈ ਸੋ ਜਦੋਂ 95 ਚ ਵੀਜ਼ਾ ਲੱਗਾ ਉਹ ਉਦੋਂ ਮੈਂ ਮਸਾਏ ਮਤਲਬ 16 ਜਾਂ 16.5 ਸਾਲ ਦੀ ਸੀਗੀ ਤੇ ਅਮਰੀਕਾ ਗਈ ਖੁਦ ਨੂੰ ਵੀ ਯਕੀਨ ਨਹੀਂ ਸੀ ਕਿਉਂਕਿ ਉਦੋਂ ਹਾਲੇ ਤਾਂ ਮੈਂ ਇੰਡਸਟਰੀ ਚ ਆਈ ਸੀ 95 ਚ ਪ੍ਰੋਪਰਲੀ ਮਿਰਜ਼ਾ ਗਣਾ ਆ ਰਿਹਾ ਸੀ ਉਦੋਂ ਉਦੋਂ ਮਿਰਜ਼ਾ ਉਦੋਂ ਮੇਰਾ ਨਹੀਂ ਮਿਰਜ਼ਾ ਆਇਆ ਸੀ ਮੇਰਾ ਤਾਂ ਮਿਰਜ਼ਾ ਆਇਆ 2015 ਚ ਜਾ ਕੇ ਮੈਂ ਗਿਆ ਲੇਟ ਜਿਹੜਾ ਦੁਬਾਰਾ ਸ਼ੁਰੂਆਤ ਦੁਬਾਰਾ ਸ਼ੁਰੂਆਤ ਕੀਤੀ ਹਾਂਜੀ ਉਦੋਂ ਤਾਂ ਮੇਰਾ ਗਾਣਾ ਰਿਕਾਰਡ ਹੀ ਕੋਈ ਨਹੀਂ ਸੀ ਹੋਇਆ ਪਹਿਲੇ ਅਮਰੀਕਾ ਦਾ ਵੀਜ਼ਾ ਲੱਗਿਆ ਪਹਿਲਾਂ ਹੀ ਮਤਲਬ ਉਦੋਂ ਦੀਦੀ ਹੁਣੀ ਜਾ ਰਹੇ ਸੀ ਨਾਲ ਜਗਮੌਣ ਕੌਰ ਸੀਗੇ ਸੁਨਿੰਦਰ ਚਿੰਦਾਈ ਸੀ ਹੋਰ ਆਰਟਿਸਟ ਸੀ ਸੋ ਉਹ ਟੂਰ ਜਦੋਂ ਹੋਇਆ ਉਸ ਤੋਂ ਬਾਅਦ ਫਿਰ 96 ਚ ਟੂਰ ਇੱਕ ਸ਼ੁਰੂ ਹੋਇਆ ਉਹ ਉਹਦੇ ਚ ਵੀ ਅਸੀਂ ਅਮਰੀਕਾ ਜਾ ਕੇ ਆਏ ਕੈਲੀਫੋਰਨੀਆ ਆਲ ਓਵਰ ਸ਼ੋ ਕੀਤੇ ਫਿਰ ਐਦਾਂ ਮਤਲਬ ਪ੍ਰੋਫੈਸ਼ਨਲੀ ਜਦੋਂ ਮੈਂ ਅਸਲ ਤੇ ਤਾਂ ਮੈਂ ਦੱਸਾਂ ਜਦੋਂ ਮੈਂ 94 ਦੇ ਵਿੱਚ ਦੀਦੀ ਮੈਨੂੰ ਪ੍ਰੋਪਰਲੀ ਉਹਨਾਂ ਨੇ ਮੈਨੂੰ ਲਿਆਂਦਾ ਇੱਥੇ ਵੀ ਹੁਣ ਤੈਨੂੰ ਬਾਹਰ ਘਰੋਂ ਨਿਕਲ ਕੇ ਨਾਲ ਸ਼ੂਟਿੰਗ ਤੋਂ ਬਾਅਦ ਮੈਨੂੰ 94 ਦੇ ਵਿੱਚ ਇੱਕ ਆਪਣੇ ਪੰਜਾਬੀ ਆਰਟਿਸਟ ਸੀਗੇ ਹਰਵਿੰਦਰ ਜਸਤੀ ਫਗਵਾੜੇ ਤੋਂ ਉਹਨਾਂ ਦੇ ਘਰ ਮੈਂ 3 ਮਹੀਨੇ ਰਹੀ ਮੈਂ ਹਮੇਸ਼ਾ ਇਹ ਕਹਿੰਨੀ ਕਿ ਜਿਹੜੇ ਵੀ ਕੋਈ ਵੀ ਪਰਸਨ 1% ਵੀ ਕਿਸੇ ਦਾ ਹੈਗਾ ਮੈਂ ਨਾਮ ਲੈਣੀ ਮੈਂ ਨਹੀਂ ਕਹਿੰਦੀ ਜੀ ਉਹ ਨਹੀਂ ਉਸ ਫੈਮਿਲੀ ਚ ਵੀ ਮੈਂ ਰਹੀ ਤਿੰਨ ਮਹੀਨੇ ਉੱਥੋਂ ਸਿੱਖਿਆ ਨਾਲ ਥੋੜੇ ਸ਼ੋਅ ਕੀਤੇ ਫਗਵਾੜੇ ਫਿਰ ਮੇਰੀ ਭੈਣ ਮੈਨੂੰ ਲਿਆ ਕੇ ਚੰਡੀਗੜ੍ਹ ਇੱਕ ਸਾਡੇ ਆਂਟੀ ਜੀ ਸੀਗੇ ਸੰਗੀਤਾ ਮਹਿਤਾ ਜੀ ਉਹ ਦੋ ਉਹ ਗੁਗੁਗਲ ਸਾਹਿਬ ਦੀ ਮਦਰ ਦਾ ਰੋਲ ਕਰਿਆ ਕਰਦੇ ਸੀ ਉਹ ਸਾਨੂੰ ਮਿਲੇ ਜੈਲਦਾਰ ਫਿਲਮ ਤੇ ਗੁਗੁਗੀ ਦੀ ਮਦਰ ਦਾ ਰੋਲ ਕਰ ਰਹੀ ਸੀ ਫਿਰ ਉਹਨਾਂ ਨੇ ਕਿਹਾ ਰਾਖੀ ਨੂੰ ਲੱਖੀ ਨੂੰ ਮੇਰੇ ਕੋ ਚੰਡੀਗੜ੍ਹ ਲੈ ਕੇ ਆ ਚਲੋ ਜੀ ਫਗਵਾੜੇ ਤੋਂ ਰਾਖੀ ਫਿਰ 34 ਸੈਕਟਰ ਚੰਡੀਗੜ੍ਹ ਆ ਗਈ ਤੇ ਮੈਂ ਚੰਡੀਗੜ੍ਹ ਤੋਂ ਕੈਨੇਡਾ ਕੈਨੇਡਾ ਤੋਂ ਫਿਰ 올ਓਵਰ ਵਰਕ ਅਮਰੀਕਾ ਨਹੀਂ ਚੰਡੀ 34 ਸੈਕਟਰ ਤੋਂ 22 ਸੈਕਟਰ 22 ਸੈਕਟਰ 22 ਸੈਕਟਰ ਸ਼ਿਫਟ ਹੋਈ ਉੱਥੇ ਮੇਰੇ ਸਿਸਟਰ ਸੀਗੇ ਤੇ ਮੈਂ ਤੁਹਾਨੂੰ ਦੱਸਾਂ ਵੀ ਮੈਂ ਨਾ ਆਸਾਨ ਨਹੀਂ ਹੈ ਲੋਕ ਕਹਿ ਦਿੰਦੇ ਹਨਾ ਤੇ ਮੈਂ 34 ਸੈਕਟਰ ਤੋਂ ਜਿਹੜੇ 22 ਸੈਕਟਰ ਮੇਰੇ ਦੀਦੀ ਸੀ ਸੁਨੀਤਾ ਹੋਣੀ ਉਹਨਾਂ ਦੇ ਜਿਹੜੇ ਸਾਡੇ ਵੀਰ ਜੀ ਸੀ ਭਾਜੀ ਸੀ ਉਹ ਉਹ ਕਹਿੰਦੇ ਸੀ ਵੀ ਆ ਠੀਕ ਹੈ ਵੀ ਹੁਣ ਤੁਸੀਂ ਨਾ ਵੀ ਉਹਨਾਂ ਦਾ ਔਰਕੈਸਟਰਾ ਸੀਗਾ ਬੁਲੇਟ ਔਰਕੈਸਟਰਾ ਹੂੰ ਤੇ ਪੰਜਾਬੀ ਗਾਉਂਦੇ ਫਿਰ ਹਿੰਦੀ ਦਾ ਸ਼ੌਂਕ ਸੀ ਸ਼ੁਰੂ ਤੋਂ ਹੀ ਕਿਉਂਕਿ ਮੈਂ ਸੁਣਦੀ ਰਹਿੰਦੀ ਸੀ ਫਿਰ ਉਹਨਾਂ ਨੇ ਕਿਹਾ ਕਿ ਆ ਰਾਖੀ ਤੁਸੀਂ ਸਵੇਰੇ ਸਵੇਰੇ 7:30 ਵਜੇ ਆ ਜਾ ਕਰੋ ਫਿਰ ਮੈਂ ਆਫਿਸ ਜਾਣਾ ਹੁੰਦਾ ਫਿਰ ਆਖੀ ਹੁੰਦਾ ਲਾ 34 ਸੈਕਟਰ ਤੋਂ ਪੈਦਲ 22 ਸੈਕਟਰ ਜਾਂਦੀ ਸੀ ਫਿਰ ਉਹਨਾਂ ਦੇ ਘਰੋਂ 1.5 ਘੰਟਾ ਸਿੱਖ ਕੇ ਫਿਰ ਮੈਂ ਵਾਪਸ 34 ਸੈਕਟਰ ਜਾਂਦੀ ਸੀ ਪੈਦਲ ਗੋਇ ਰਖਸ਼ਨੀ ਕੋਈ ਸਟ੍ਰਗਲ ਆ ਨਾ ਸਟ੍ਰਗਲ ਆ ਜਿਹੜੇ ਕਿ ਕਿਸੇ ਵੀ ਇੰਟਰਵਿਊ ਦੇ ਵਿੱਚ ਹਾਲੇ ਬਹੁਤ ਸਮਾਂ ਘਟ ਹੁੰਦਾ ਅਕਸਰ ਹੁੰਦੀਆਂ ਨਹੀਂ ਗੱਲਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦਿੱਲੀ ਆਉਣ ਦੀ ਜਿੰਦੀ ਫਿਰ ਮੈਂ ਦੀਦੀ ਦੇ ਘਰੇ ਸ਼ਿਫਟ ਹੋ ਗਈ ਬਾਈ ਉੱਥੇ ਸਾਲ ਰਹੀ ਫਿਰ ਜਦੋਂ 96 ਦਾ ਟੂਰ ਲਾਉਣ ਲਈ ਅਸੀਂ ਅਮਰੀਕਾ ਦੁਬਾਰਾ ਗਏ ਨਾਲ ਫਿਰ ਜਗੋਣ ਆਂਟੀ ਸੀਗੇ ਹੋਰ ਕਰਨੇਲ ਗਿਲ ਸਾਹਬ ਸੀ ਫਿਰ ਉੱਥੇ ਕਰਨੈਲ ਗਿੱਲ ਸਾਹਮਣੇ ਮੇਰੀ ਆਵਾਜ਼ ਅੱਛੀ ਲੱਗੀ ਤਾਂ ਹੀ ਸੈਡ ਕਿ ਲੱਖੀ ਤੁਸੀਂ ਰਾਖੀ ਨੂੰ ਪਲੀਜ਼ ਮੇਰੇ ਘਰੇ ਛੱਡੋ ਵੀ ਮੈਂ ਚਾਹਣਾ ਵੀ ਮੇਨਾਂ ਕੰਮ ਕਰੇ ਸੋ ਤੁਸੀਂ ਫਿਰ ਕਰਨੈਲ ਗਿੱਲ ਹੋਣਾ ਫਿਰ ਮੈਂ ਲੁਧਿਆਣੇ ਜਮਾਲਪੁਰ ਪਹੁੰਚ ਗਏ ਕੀ ਆ ਬਾਤ ਹੈ ਜੀ ਮਤਲਬ ਟਰੈਵਲ ਪਹਿਲਾਂ ਕਰਦੇ ਰਹੇ ਤੁਸੀਂ ਰਾਖੀ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਅਦਾਕਾਰੀ ਤੋਂ ਸ਼ੁਰੂ ਹੋਏ ਫਿਰ ਗਾਇਕੀ ਦੇ ਵਿੱਚ ਆਏ ਫਿਰ ਇੱਕ ਬ੍ਰੇਕ ਲੱਗੀ ਗਾਇਕੀ ਦੀ ਫਿਰ ਉਸ ਤੋਂ ਬਾਅਦ ਮਿਰਜ਼ੇ ਰਾਹੀਂ ਦੁਬਾਰਾ ਫਿਰ ਫਿਰ ਹੁਣ ਫਿਲਮਾਂ ਦੇ ਵਿੱਚ ਹਨ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਮਾਣਦੇ ਕਿਹੜੀ ਚੀਜ਼ ਨੂੰ ਜ਼ਿਆਦਾ ਮਾਣਦੇ ਜ਼ਿਆਦਾ ਮੈਂ ਗਾਇਕੀ ਮੈਨੂੰ ਲੱਗਦਾ ਕਿ ਉਹ ਮੇਰੀ ਰੂਹ ਚ ਆ ਮੈਂ ਜਦੋਂ ਕਦੇ ਸੋਚਿਆ ਨਹੀਂ ਸੀ ਸਿੰਗਰ ਬਣੂੰਗੀ ਪਰ ਜਦੋਂ ਮੈਂ ਹੋਸ ਸੰਭਾਲੀ ਸੀ ਉਦੋਂ ਸਾਰੇ ਗਾਣੇ ਲਤਾ ਜੀ ਸੁਰਿੰਦਰ ਕੌਰ ਜੀ ਇਹਨਾਂ ਨੂੰ ਸੁਣਦੇ ਸੀ ਪਰ ਜਦੋਂ ਮੈਂ ਘਰੇ ਕੰਮ ਵੀ ਕਰਦੀ ਰਹਿੰਦੀ ਸੀ ਨਾ ਛੋਟੇ ਹੁੰਦੇ ਵੀ ਅਸੀਂ ਵੀ ਦੇਸੀ ਮੋਲ ਚ ਆਏ ਆ ਮੱਝਾ ਡੰਗਰਾ ਚੋਂ ਸਾਰੇ ਗੋਹਾ ਸੁੱਟਣਾ ਫਿਰ ਸਕੂਲ ਜਾਣਾ ਇਹ ਸਾਰੇ ਕੰਮ ਕੀਤੇ ਆ ਤੇ ਉਦੋਂ ਕੰਮ ਕਰਦੇ ਕਰਦੇ ਗੌਂਦੀ ਰਹਿਣਾ ਸੋ ਗਾਇਕੀ ਗਾਇਕੀ ਦੇ ਵਿੱਚ ਤੁਹਾਨੂੰ ਜ਼ਿਆਦਾ ਸਵਾਦ ਆਉਂਦਾ ਆਪਣੇ ਆਪ ਨੂੰ ਰੋਹਦਾਰੀ ਹਨ ਕੋਈ ਇਹਦਾ ਨਮੂਨਾ ਹੋ ਜਾਏ ਤਾਂ ਕਿ ਆਪਾਂ ਫੋਕ ਸਿੰਗਿੰਗ ਦੀ ਗੱਲ ਕੀਤੀ ਹਨ ਤੇ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਅੱਜ ਦੇ ਸਮੇਂ ਦੇ ਵਿੱਚ ਫੋਕ ਸਿੰਗਿੰਗ ਕਿੱਥੇ ਖੜੀ ਹੈ ਅਸੀਂ ਕਿ ਇਹਨੂੰ ਕਿਵੇਂ ਜਿਉਂਦਾ ਰੱਖ ਸਕਦੇ ਹਾਂ ਤੇ ਕੋਈ ਫੋਕ Song ਹੋ ਜਾਏ ਉਹਦਾ ਸਾਈ ਜੇ ਫਿਰ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਦੇ ਜੀ ਮੇਰਾ ਗਾਣਾ ਆਇਆ ਸੀਰੀਅਲ ਫੋਕ ਪੀਟੀਸੀ ਪੰਜਾਬੀ ਚ ਰਿਲੀਜ਼ ਹੋਇਆ ਸੀ ਆ ਕੰਗੀਵਾਮ ਆਹਾ ਕੰਗੀ ਵਾਵਾ ਤੇ ਦੁੱਖਣ ਮੇਰੇ ਬਾਣ ਨੀ ਮਾਏ ਓ ਕੰਗੀ ਵਾਵਾ ਤੇ ਦੁੱਖਣ ਮੇਰੇ ਬਾਣ ਨੀ ਮਾਏ ਮੈਂ ਤੇ ਹੋ ਗਈਆਂ ਹਾਲੋਂ ਬੇਹਾਲ ਨੀ ਮਾਏ ਓ ਮੈਂ ਤੇ ਹੋ ਗਈਆਂ ਹਾਲੋਂ ਬੇਹਾਲ ਨੀ ਮਾਏ ਹੋ ਕੰਗੀ ਵਾਵਾ ਤੇ ਦੁੱਖਣ ਮੇਰੇ ਵਾਲ ਨੀ ਮਾਏ ਕੰਗੀਵਾ ਮਾਤੇ ਦੁੱਖਣ ਮੇਰੇ ਬਾਣ ਨੀ ਮਾਈ ਕੀ ਬਾਤ ਆ ਜੀ ਸੁਰੱਖੀ ਜੀ ਤੁਹਾਡਾ ਕੈਰੀਅਰ ਜਿਵੇਂ ਆਪਾਂ ਗੱਲ ਕੀਤੀ ਸ਼ੁਰੂ ਹੋ ਗਿਆ 95 ਤੋਂ ਫਿਰ 99 ਫਿਰ 96 ਸਾਰੇ ਤੁਸੀਂ ਅਮਰੀਕਾ ਦੇ ਟੂਰ ਲਾਏ 2009 ਦੇ ਵਿੱਚ ਆ ਕੇ ਤੁਹਾਡਾ ਜਦੋਂ ਵਿਆਹ ਹੁੰਦਾ ਉਸ ਤੋਂ ਬਾਅਦ ਫਿਰ 6 ਸਾਲ ਕੀ ਗੱਲ ਘਰ ਵਾਲਾ ਮੰਨਿਆ ਨਹੀਂ ਕਿ 2015 ਦੇ ਵਿੱਚ ਜਾ ਕੇ ਤੁਸੀਂ ਵਿਰਜਾ ਕਰਦੇ ਹੋ 6 ਸਾਲ ਰੱਖੀ ਹੁੰਦਲ ਕਿਉਂ ਨਹੀਂ ਇਸ ਫੀਲਡ ਦੇ ਵਿੱਚ ਦੁਬਾਰਾ ਐਕਚੁਅਲੀ ਮੈਂ ਥੋੜੀ ਜਿਹੀ ਦੁਨੀਆ ਦੇ ਉਲਟ ਚੱਲਦੀ ਹਾਂ ਜਦੋਂ ਮੇਰਾ 2005 ਦੇ ਵਿੱਚ ਐਲਬਮ ਆਈ ਪਰਦੇਸੀ ਹੋ ਜਾਣਾ ਮੈਂ 95 ਤੋਂ ਬਾਅਦ ਮੈਂ ਜਦੋਂ ਗਿੱਲ ਸਾਹਿਬ ਨਾਲ ਚਾਰਸਾ ਲਗਾਇਆ 2001 ਵਿੱਚ ਮੈਂ ਫਿਰ ਸੋਲੋ ਗਾਇਕੀ ਆਪਣੀ ਸ਼ੁਰੂ ਕੀਤੀ ਕੱਲੀ ਨੇ ਕਿਉਂਕਿ ਉਦੋਂ ਮੇਰੇ 2001 ਚ ਦੀਦੀ ਐਕਸਪਾਇਰ ਹੋਏ ਤੇ ਉਹਨਾਂ ਨੇ ਕਿਹਾ ਉਹ ਮੈਨੂੰ ਕਹਿੰਦੇ ਸੀ ਕਿ ਤੇਰੀ ਆਪਣੀ ਪਛਾਣ ਹੋਣੀ ਚਾਹੀਦੀ ਹੈ ਰਾਖੀ ਕੌਣ ਆ ਸੋ ਉਹ 2001 ਚ ਮੈਂ ਕੱਲੀ ਨੇ ਸ਼ੁਰੂ ਕੀਤਾ ਤੇ ਮੈਂ 5 ਸਾਲ ਇੰਨਾ ਕੰਮ ਕੀਤਾ ਵਾਈਗਰੂ ਦੀ ਮੇਰ ਨਾਲ ਕਿ ਹਰ ਹਰ ਸਾਲ ਟੂਰ ਵੀ ਸ਼ੋ ਵੀ ਤੇ ਮੈਨੂੰ ਕਿਉਂਕਿ ਮੈਂ ਛੋਟੀ ਐ ਚ 14 ਕ ਸਾਲ ਚ ਸ਼ੁਰੂ ਹੋਈ ਸੀ ਮੈਨੂੰ ਲੱਗਦਾ ਸੀ ਕਿ ਹੁਣ ਮਤਲਬ ਇੱਥੇ ਬ੍ਰੇਕ ਹੋਣੀ ਚਾਹੀਦੀ ਆ ਨਾਓ ਟਾਈਮ ਟੂ ਹੁਣ ਆਪਣੀ ਫੈਮਿਲੀ ਦਾ ਟਾਈਮ ਆ ਸੋ ਮੈਂ ਸੱਡਨਲੀ ਫੈਸਲਾ ਲਿਆ 2006 ਦੇ ਵਿੱਚ ਕਿ ਮੈਂ ਹੁਣ ਗਾਇਕੀ ਛੱਡਣੀ ਆ ਦੋ ਦਫ਼ਤਰ ਸੀ ਜ ਬਠਿੰਡੇ ਵੀ ਬੜਾ ਔਖਾ ਸੀ ਤੁਹਾਨੂੰ ਪੀਕ ਤੇ ਜਾ ਕੇ ਕੰਮ ਛੱਡਣਾ ਇਹ ਇੱਕ ਬੜੀ ਵਧੀਆ ਸੁਪਰ ਹਿੱਟ ਐਲਬਮ ਹੋ ਰਹੀ ਪਰਦੇਸੀ ਹੋ ਜਾਣਾ ਉਸ ਤੋਂ ਬਾਅਦ ਫਾਈਨਲੀ ਕਿ ਨਹੀਂ ਜੋ ਕਿਉਂਕਿ ਮੈਂ ਆਪਣੇ ਨਾਲ ਦੀਆਂ ਸਹੇਲੀਆਂ ਨੂੰ ਦੇਖਦੀ ਸੀ ਇੰਡਸਟਰੀ ਚ ਕੰਮ ساری ਜ਼ਿੰਦਗੀ ਨਹੀਂ ਮੁੱਕਦਾ ਪਰਿਵਾਰ ਦੁਬਾਰਾ ਨਹੀਂ ਮਿਲਦਾ ਕਿਉਂਕਿ ਮੈਨੂੰ ਅਕਸਰ ਲੋਕ ਕਹਿ ਦਿੰਦੇ ਸੀ ਰਾਖੀ ਜੇ ਤੂੰ ਉਦੋਂ ਨਾ ਛੱਡਿਆ ਹੁੰਦਾ ਅੱਜ ਤੁਸੀਂ ਤੇ ਮੈਂ ਕਿਹਾ ਅੱਜ ਵੀ ਮੈਂ ਜਿੱਥੇ ਮੈਂ ਬਹੁਤ ਖੁਸ਼ ਆ ਆਮ ਹੈਪੀ ਕਿਉਂਕਿ ਮੇਰੇ ਅੰਦਰ ਇੱਕ ਹੈਗੀ ਹੈ ਸਰਟੀਫਿਕੇਸ਼ਨ ਆ ਈ ওকে ਮੈਂ ਜੋ ਕਮਾਇਆ ਮੈਂ ਕਮਾਇਆ ਵੀ ਚੰਗਾ ਮੈਂ ਨਾਮ ਵੀ ਬਣਾਇਆ ਮੈਂ ਟੂਰ ਵੀ ਲਾਈ ਦੁਨੀਆ ਦੇ ਵੇਖ ਲਈ ਹੋਰ ਕੀ ਚਾਹੀਦਾ ਫਿਰ ਕਿਉਂਕਿ ਉਦੋਂ ਤੱਕ ਘਰ ਵਾਲਾ ਮੈਨੂੰ ਮਿਲਿਆ ਹੀ ਨਹੀਂ ਸੀ ਰਿਸ਼ਤਾ ਹੀ ਨਹੀਂ ਸੀ ਹੋਇਆ ਜਦੋਂ ਮੈਂ ਗਾਇਕੀ ਛੱਡੀ ਆ ਛੇ ਚ ਗਾਇਕੀ ਛੱਡੀ ਫਿਰ ਜਦੋਂ ਮੇਰੀ ਪੜ੍ਹਾਈ ਅਧੂਰੀ ਰਹਿੰਦੀ ਸੀ ਫਿਰ ਪਹਿਲਾਂ 3 ਸਾਲ ਪੜ੍ਹੇ ਪੜ੍ਹੇ ਬਕਾਇਦਾ ਮੈਂ 12ਵੇਂ ਦੇ ਪੇਪਰ ਪ੍ਰਾਈਵੇਟ ਦੇ ਕੇ ਆਈ ਕਿਉਂਕਿ ਜਦੋਂ ਮੈਂ ਗਾਇਕ ਮਤਲਬ ਟੂਰ ਲਾਉਣ ਤੋਂ ਅਮਰੀਕਾ ਜਾਣ ਤੋਂ ਬਾਅਦ ਫਿਰ ਬਾਅਦ ਗਾਇਕੀ ਛੱਡਣ ਤੋਂ ਬਾਅਦ 2006 ਇਹ ਵੀ ਇੱਕ ਅਲੱਗ ਲੱਭ ਲੈਣਾ ਫਿਰ ਮੈਂ ਇਹਨਾਂ ਨੂੰ ਕਿਹਾ ਮੰਮੀ ਨੂੰ ਕਿ ਮੈਂ ਨਾ ਕਾਲਜ ਵਾਲੀ ਲਾਈਫ ਨਹੀਂ ਜੀ ਮੈਨੂੰ ਮੈਂ ਮੈਨੂੰ ਸਕੂਟਰ ਐਕਟਿਵ ਵਾਲਿਆ ਗੱਡੀ ਮੈਂ ਕਿਹਾ ਤੁਸੀਂ ਜਾਓ ਪਰ ਹੁਣ ਮੈਂ ਉਹ ਜ਼ਿੰਦਗੀ ਜੀਣੀ ਜਿਹੜੀ ਮੇਰਾ ਉਦੋਂ ਪਾਰਟ ਮਿਸ ਹੈ ਕਿਉਂਕਿ ਜੋ 10ਵੀਂ ਕਰਦੀ ਮੈਂ ਸਿੰਗਰ ਬਣ ਗਈ ਸੀ ਤੇ ਉਹ ਚੀਜ਼ਾਂ ਮੈਨੂੰ ਕਿਤੇ ਨਾ ਕਿਤੇ ਫਿਰ 2009 ਤੋਂ 15 ਤੱਕ ਜਿਹੜਾ ਉਹ ਗੈਪ ਆ 6 ਸਾਲ ਦਾ ਉਹ ਫੈਮਿਲੀ ਦੇ ਵਿੱਚ ਕਿਸ ਤਰ੍ਹਾਂ ਦਾ ਫੈਮਿਲੀ ਦਾ ਇੱਦਾਂ ਹੋਇਆ ਕਿ ਫਿਰ ਚਲੋ ਪੜ੍ਹਾਈ ਵੀ ਨਾਲ ਕੰਟੀਨਿਊ ਰਹੀ ਔਰ ਫਿਰ ਜਦੋਂ ਹਸਬੰਡ ਮਿਲੇ ਮੈਨੂੰ ਔਰ ਰਿਸ਼ਤਾ ਸਾਡਾ ਪੱਕਾ ਹੋਇਆ ਫਿਰ ਵੀ ਸੱਤ 'ਚ ਹੋ ਗਿਆ ਸੀ 2 ਸਾਲ ਮੈਂ ਕਿਹਾ ਨਹੀਂ ਉਹ ਜਿਹੜਾ ਸਮਾਂ ਸੀ ਉਹ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਮੈਂ ਇੱਕ ਨੀਜ਼ੂ ਮਤਲਬ ਕਹਿੰਦੇ ਨੇ ਨਾ ਘਰੇਲੂ ਹਾਊਸ ਵਾਈਫ ਬਣਨਾ ਉਹ ਮੇਰਾ ਚਾਹ ਸੀ ਕਿ ਮੈਂ ਹਾਊਸ ਵਾਈਫ ਬਣ ਕੇ ਰਹਿਣਾ ਹਰ ਤਰ੍ਹਾਂ ਦੀ ਲਾਈਫ ਨੂੰ ਮਾਣਿਆ ਤੁਸੀਂ ਹਾਂ ਹਰ ਤਰ੍ਹਾਂ ਦੀ ਲਾਈਫ ਨੂੰ ਮੈਂ ਮਾਣਿਆ ਮੈਂ ਸ਼ੌਹਰਤ ਵੀ ਦੇਖੀ ਮੈਂ ਪੈਸਾ ਵੀ ਦੇਖਿਆ ਬਾਹਰ ਵੀ ਵਰਲਡ ਟੂਰ ਕਰ ਲਿਆ ਔਰ ਪਰਿਵਾਰ ਪੇਕਾ ਪਰਿਵਾਰ ਬੜਾ ਚੰਗਾ ਸਹਰਾ ਪਰਿਵਾਰ ਬੜਾ ਚੰਗਾ ਅੱਗੇ ਬੱਚੇ ਵੀ ਦੋ ਬੇਟੇ ਆ ਮੇਰੇ ਕੋਲੇ ਜੀ ਫੇਰ ਨੌ ਦੇ ਵਿੱਚ ਜਦੋਂ ਹਸਬੰਡ ਮੇਰੇ ਮੀਡੀਆ ਚ ਨੇ ਤੇ ਉਹ ਦਿੱਲੀ ਸ਼ਿਫਟ ਹੋਏ ਤੇ ਮੈਂ ਉਦੋਂ ਬੇਟਾ ਸਾਡਾ ਹੋਇਆ ਫੇਰ ਉਹ ਜਦੋਂ ਇੱਥੇ ਉਹਨਾਂ ਨੇ ਮੀਡੀਆ ਚੰਡੀਗੜ੍ਹ ਜੁਆਇਨ ਕੀਤਾ ਜਿਵੇਂ ਅਸੀਂ ਚੰਡੀਗੜ੍ਹ ਪਹੁੰਚੇ ਫੇਰ ਜਿਹੜਾ ਆਪਣਾ ਮੇਰਾ ਸਰਕਲ ਸੀਗਾ ਲੈ ਰਾਖੀ ਤੂੰ ਆ ਤੂੰ ਗੋਮਿਆ ਤੂੰ ਕਿਉਂ ਤੂੰ ਫਿਰ ਉਹਨਾਂ ਨੇ ਫੇਰ ਹੱਲਾਸ਼ੇਰੀ ਦਿੱਤੇ ਮਿਰਜ਼ਾ ਘਵਾਤਾ ਦਾ ਉਹਦੀਆਂ ਦੋ ਲਾਈਨਾਂ ਮਿਰਜ਼ੇ ਦੀਆਂ ਜ਼ਰੂਰ ਹਾਂ ਬਿਲਕੁਲ ਜੱਟ ਚੜਦੇ ਮਿਰਜ਼ੇ ਖਾਨ ਨੂੰ ਵੱਡੀ ਪੱਬੀ ਲੈਿੰਦੀ ਥੰਮ ਵੇ ਮੈਂ ਕਦੇ ਨਾ ਧੋਰੇ ਵੰਗਾਰਿਆ ਜੱਟਾ ਕਦੀ ਨਾ ਆਇਓ ਕੰਮ ਕਦੇ ਨਾ ਧੋਰੇ ਵੰਗਾਰਿਆ ਵੰਗਾਰਿਆ ਜੱਟਾ ਕਦੀ ਨਾ ਆਇਓ ਕੰਮ ਏ ਆ ਏ ਆ ਏ ਆ ਦੇ ਮੈਂ ਕਦੇ ਨਾ ਧੋਰੇ ਵੰਗਾਰਿਆ ਜੱਟਾ ਕਦੀ ਨਾ ਆਇਓ ਕੰਮ ਜੇ ਤੂੰ ਚੱਲਿਆ ਭੁੱਖਾ ਰਿਜਕ ਦਾ ਦੇਵਾ ਆਪਣੀਆਂ ਕੋਠੀਆਂ ਪੰਨ ਚੱਲ ਆਏ ਦੁੱਧ ਪੀਣ ਨੂੰ ਪੀਣ ਨੂੰ ਦੇਵਾ ਬੂਰੀਆਂ ਕਿੱਲੇ ਤੇ ਬੰਨ ਏ ਆ ਏ ਆ ਏ ਆ ਸੋ ਬਹੁਤ ਵਧੀਆ ਗੱਲਬਾਤਾਂ ਸਾਡੀਆਂ ਹੋ ਰਹੀਆਂ ਨਾਲ ਨਾਲ ਅਸੀਂ ਗੀਤ ਵੀ ਸੁਣ ਰਹੇ ਹਾਂ ਮੈਡਮ ਰਾਖੀ ਹੁੰਦਲ ਹੋਣਾ ਤੋਂ ਤੇ ਜੇ ਆਪਾਂ ਗੱਲਬਾਤ ਹੁਣ 2015 ਤੋਂ ਹੁਣ ਤੱਕ ਦੀ ਜਿਹੜੀ ਆ ਉਹ ਕਰਨੀ ਹੈ ਜੀ ਹੁਣ ਜਿਹੜਾ ਤੁਹਾਡਾ ਲੇਟੈਸਟ ਟਰੈਕ ਪੱਟੀ ਪੜੀ ਵਾਲਾ ਭਾਜੀ ਆ ਜਿਹੜਾ ਉਹਨਾਂ ਵੱਲੋਂ ਕਰਾਰਾ ਜਿਹੜਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਨਾ ਪਰ ਨਾਲ ਨਾਲ ਤੁਸੀਂ ਗਾਇਕੀ ਦੇ ਵਿੱਚ ਗੀਤ ਵੀ ਕਰਦੇ ਰਹੇ ਤੇ ਫਿਰ ਨਾ ਜਿਵੇਂ ਪਹਿਲਾਂ ਅਦਾਕਾਰੀ ਦੇ ਵਿੱਚ ਸੀ ਫਿਰ ਗਾਇਕੀ ਦੇ ਵਿੱਚ ਆਏ ਤੇ ਹੁਣ ਫਿਰ ਤੁਸੀਂ ਫਿਲਮਾਂ ਦੇ ਵਿੱਚ ਐਂਟਰੀ ਹੋਈ ਤੁਹਾਡੀ ਨਿੱਕਾ ਜੈਲਦਾਰ 2 ਦੇ ਵਿੱਚ ਹੈ ਨਾ ਫਿਰ ਉਸ ਤੋਂ ਬਾਅਦ ਕਈ ਕੁੜਮਾਈਆਂ ਮੂਵੀ ਕੀਤੀ ਆ ਤੇ ਹੁਣ ਕੈਰੀ ਓਨ ਜੱਟਾ 3 ਤੁਸੀਂ ਕਰਕੇ ਵੀ ਆਏ ਹੋ ਨਾ ਜੀ ਜੀ ਇਹ ਫਿਲਮਾਂ ਦਾ ਜਿਹੜਾ ਦੌਰ ਆ ਉਸ ਟਾਈਮ ਦਾ ਦੌਰ ਵੀ ਤੁਸੀਂ ਦੇਖਿਆ ਜੈਲਦਾਰ ਮੂਵੀ ਵੇਲੇ ਜਿਵੇਂ ਗੱਲ ਕੀਤੀ ਸੀ ਤੁਹਾਡੇ ਸਿਸਟਰ ਹੁੰਦੇ ਸੀ ਹੈ ਨਾ ਤੇ ਹੁਣ ਨਿੱਕਾ ਜੈਲਦਾਰ 2 ਨਵੇਂ ਤਰੀਕੇ ਦੇ ਨਾਲ ਨਵੀਂ ਪ੍ਰ ਆ ਮੂਵੀਆਂ ਹੋਣ ਵਾਲੀਆਂ ਮੂਵੀਆਂ ਕਲਾਕਾਰਾਂ ਦੇ ਸੁਭਾਅ ਕਿਦਾਂ ਦੇ ਚੇਂਜ ਆ ਵੈਨਿਟੀ ਤੋਂ ਬਿਨਾਂ ਦੀ ਸ਼ੂਟ ਵੀ ਤੇ ਦੇਖੀ ਆ ਨਾ ਤੇ ਅੱਜ ਕੱਲ ਦਾ ਵੀ ਆ ਕਿਵੇਂ ਉਹਨੂੰ ਕੰਪੇਅਰ ਕਰਦੇ ਹਾਂ ਬਹੁਤ ਵਧੀਆ ਸਫਰ ਉਦੋਂ ਜਦੋਂ ਮੈਂ ਦੀਦੀ ਹੁਣਾ ਦੇ ਨਾਲ ਸ਼ੂਟਿੰਗ ਕਰਦੇ ਸੀ ਫਿਲਮ ਦਿਲਾ ਸੌਦੇ ਪੰਛੀ ਪਰਦੇਸੀ ਐਂਡ ਫੈਸਲਾ ਖੁਦਾ ਦਾ ਔਰ ਬਹੁਤ ਸਾਰੀਆਂ ਫਿਲਮਾਂ ਜੈਲਦਾਰ ਦੇ ਸੈੱਟ ਤੇ ਜਦੋਂ ਗਏ ਉਦੋਂ ਗੁੱਗੂ ਪਾਜੀ ਹੁੰਦੇ ਸੀ ਮਨਜੀਤ ਕੁਲਾਰ ਬੜੇ ਨੇੜੇ ਤੋਂ ਵੇਖਿਆ ਉਹਨਾਂ ਨੂੰ ਔਰ ਉਦੋਂ ਇਹ ਹੁੰਦਾ ਸੀ ਕਿ ਸਾਰਿਆਂ ਨੇ ਇੱਕੋ ਹੀ ਕੋਠੀ ਲਈ ਹੁੰਦੀ ਸੀ ਤੇ ਇੱਕ ਕੋਠੀ ਤਾਂ ਪ੍ਰੋਡਿਊਸਰ ਦਾ ਘਰ ਜੜਾ ਸਾਰੀਆਂ ਪ੍ਰੋਪਰਟੀ ਸਾਰੇ ਪਿੰਡ ਜੋ ਮੰਗ ਬੋਕੇ ਸਾਰਾ ਪ੍ਰੋਗਰਾਮ ਕਰ ਲਵੇ ਪੱਖੀਆਂ ਲਿਆ ਦਿਓ ਪਾਣਾ ਚਰਖੇ ਲਿਆ ਦਿਓ ਸਾਰਾ ਕੋਸ਼ੀ ਔਰ ਮਤਲਬ ਇੱਕ ਗੱਲ ਹੁੰਦੀ ਹੈ ਕਿ ਜਿਹੜੇ ਪਿੰਡ ਵਾਲੇ ਆਪਣੇ ਭਾਈਚਾਰਾ ਵਾਲੇ ਹੁੰਦੇ ਨੇ ਜਿੱਥੇ ਸ਼ੂਟਿੰਗ ਹੋਵੇ ਭੱਜ ਭੱਜ ਸੇਵਾ ਬਹੁਤ ਕਰਦੇ ਆ ਔਰ ਬੜਾ ਉਹਨਾਂ ਦੇ ਦਿਲ ਖੁੱਲੇ ਹੁੰਦੇ ਨੇ ਉਦੋਂ ਇੱਕੋ ਹੀ ਕੋਠੀ 'ਚ ਸਾਰੇ ਆਰਟਿਸਟ ਜਿਵੇਂ ਕੁੜੀਆਂ ਹੋ ਗਈਆਂ ਸਾਰੇ ਆਰਟਿਸਟ ਹੋ ਗਏ ਇੱਕੋ ਥਾਂ ਠਰੋਂਦੇ ਸੀ ਉਹ ਹਾਂ ਜਿਹੜੇ ਆਰਟਿਸਟ ਬੰਬੇ ਤੋਂ ਆਉਂਦੇ ਸੀ ਉਹਨਾਂ ਨੂੰ ਥੋੜਾ ਡਿਫਰੈਂਸ ਹੁੰਦਾ ਸੀ ਤੇ ਅੱਜ ਕੱਲ੍ਹ ਹੁਣ ਫਰਕ ਤਾਂ ਹੈਗਾ ਉਦੋਂ ਤਾਂ ਵੈਂਟੀ ਚੁੱਕ ਕੇ ਮੇਕਅਪ ਵਾਲੇ ਖੇਤਾਂ 'ਚ ਸਾਰੇ ਜਗ੍ਹਾ ਤੇ ਮਤਲਬ ਕਿਤੇ ਮਾੜੇ ਮੋਟੇ ਓਟ ਮਿਲਣੀ ਉੱਥੇ ਉਹਨਾਂ ਨੇ ਚੇਂਜ ਕਰ ਲੈਣਾ ਉੱਥੇ ਮ ਤੇ ਹੁਣ ਤਾਂ ਬਹੁਤ ਸਹੂਲਤਾਂ ਨੇ ਔਰ ਜਦੋਂ 2015 ਚ 16 ਚ ਮੈਂ ਨਿਕਾ 2 ਮੈਨੂੰ ਮਿਲੀ ਹੂੰ ਹੂੰ ਇਵੇਂ ਇਸ ਬੱਬ ਕਿਵੇਂ ਬਣਿਆ ਸੀ ਕਿਉਂਕਿ ਬਹੁਤ ਵੱਡੀ ਫਿਲਮ ਐਮੀ ਵਿਰਕ ਵਰਗੇ 스타 ਉਹਦੇ ਵਿੱਚ ਔਰ ਤੁਹਾਡੀ ਐਂਟਰੀ ਹੁੰਦੀ ਫਿਲਮਾਂ ਦੇ ਵਿੱਚ ਔਰ ਉਹੀ ਨਾਮ ਜ਼ੈਲਦਾਰ ਜ਼ੈਲਦਾਰ ਜਿਹੜਾ ਤੁਹਾਡੇ ਸਿਸਟਰ ਦਾ ਸੀ ਹਨਾ ਤੇ ਕਿਵੇਂ ਇਸ ਬੱਬ ਬਣਿਆ ਕਿਉਂਕਿ ਇਹ ਵੀ ਇੱਕ ਕੋਇਨਸੀਡੈਂਸ ਕਹਿ ਸਕਦੇ ਚੀਜ਼ ਦਾ ਜੀ ਜੀ ਮੇਰੇ ਦੋਸਤ ਸੀਗੇ ਸ਼ਿਵਤਾਰਸ ਉਹਨਾਂ ਦੇ ਨਾਲ ਅਸੀਂ ਦੂਦਰਸ਼ਨ ਤੇ ਕਾਫੀ ਕੰਮ ਕੀਤਾ ਸੀ ਔਰ ਉਹਨਾਂ ਨੂੰ ਸਾਡੇ ਜਿਹੜੇ ਐਸੋਸੀਏਟ ਡਾਇਰੈਕਟਰ ਸੀਗੇ ਗਦਰ ਜੀ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਇੱਕ ਚਾਹੀਦੀ ਹੈ ਲੜਕੀ ਵੀ ਜਿਹਦੇ ਰਾਣਾ ਇਹਦੇ ਆਪੋਜੀਟ ਹੈਗਾ ਉਹਨਾਂ ਦਾ ਕੈਰੈਕਟਰ ਰਿਸ਼ੀ ਮੈਮ ਦੀ ਦਾ ਕੈਰੈਕਟਰ ਆ ਔਰ ਵਿੱਚ ਘੜਾਲੂ ਪੂਰੀ ਹਨਾ ਤੇ ਫਿਰ ਚਲੋ ਮੇਰਾ ਨਾਮ ਰਿਕਮੈਂਡ ਹੋਇਆ ਪਰ ਉਹਨਾਂ ਦਾ ਗਦਰ ਜੀ ਦਾ ਕੋਲ ਆਈ ਮੈਨੂੰ ਤੇ ਕਹਿੰਦੇ ਐਡੀਸ਼ਨ ਫਿਰ ਰਾਤ ਨੂੰ ਉਹਨਾਂ ਨੇ ਮੈਨੂੰ ਭੇਜੇ ਡਾਇਲੋਗ ਤੇ ਮੈਂ ਮੇਰੇ ਭਰਾ ਨੂੰ ਕਿਹਾ ਵੀ ਤੂੰ ਮੋਬਾਈਲ ਫੜ ਹੁਣੇ ਕਰਕੇ ਭੇਜਾਂਗੇ ਕਿਤੇ ਮਿਸ ਨਾ ਹੋ ਜੇ ਤੇ ਉਹ ਵੱਡੀ ਫਿਲਮ ਸੀ ਔਰ ਮੈਨੂੰ ਇਹ ਸੀਗਾ ਕਿ ਮੇਰੀ ਭੈਣ ਵੀ ਚਾਹੁੰਦੀ ਸੀ ਕਿ ਕਦੇ ਨਾ ਕਿਤੇ ਮੇਰੀ ਭੈਣ ਦੇ ਵੀ ਕਿਤੇ ਵੱਡੇ ਪਰਦੇ ਤੇ ਨਾਮ ਆਵੇ ਮੈਂ ਫਿਲਮਾਂ ਜੇ ਕਰਦੀ ਵੀ ਆ ਤੇ ਮੈਂ ਆਪਣੀ ਸਮਝ ਲਓ ਵੀ ਉਹਨਾਂ ਨੂੰ ਡੈਡੀਕੇਟ ਹੀ ਕਰਦੀ ਆ ਭੈਣ ਨੂੰ ਤੇ ਫਿਰ ਅਸੀਂ ਐਡੀਸ਼ਨ ਉਹਨਾਂ ਨੇ ਬਕਾਇਦਾ ਦੋਰੀ ਮ ਬਣਾ ਕੇ ਭੇਜਿਆ ਪਹਿਲੀ ਚ ਨਹੀਂ ਫਿਰ ਸੈਕੰਡ ਵੇਲੇ ਉਹਨਾਂ ਨੇ ਕਿਹਾ ਕਿ ਇਦਾਂ ਦਾ ਮੈਨੂੰ ਗਾਈਡ ਕੀਤਾ ਉਹਨਾਂ ਨੇ ਖੈਰ ਬੜੀ ਵਧੀਆ ਟੀਮ ਸੀ ਸਿਮਰਜੀਤ ਜੀ ਨਾਲ ਮੌਕਾ ਮਿਲਿਆ ਬਿਲਕੁਲ ਬਹੁਤ ਵੱਡੇ ਔਰ ਬਹੁਤ ਹੀ ਡਾਊਨ ਟੂ ਅਰਥ ਇਨਸਾਨ ਨੇ ਔਰ ਸਾਰੀ ਟੀਮ ਉਨਕੀ ਨਿਰਮਲ ਰਿਸ਼ੀ ਮੈਮ ਨੇ ਬਹੁਤ ਪਿਆਰੇ ਇਨਸਾਨ ਨਾਲ ਹੀ ਬਿਠਾਉਣਾ ਨਾਲ ਹੀ ਉਹਨਾਂ ਦੀ ਇੱਕ ਚੀਜ਼ ਮੈਨੂੰ ਬੜੀ ਅੱਛੀ ਲੱਗਦੀ ਹੈ ਕਿ ਜਿਉਂ ਅਸੀਂ ਸੈੱਟ ਤੇ ਗਏ ਆਂ ਜੇ ਉਹਨਾਂ ਲਈ ਕੁਰਸੀ ਦਿੱਤੀ ਐ ਅਸੀਂ ਖੜੇ ਹਾਂ ਕੋਈ ਵੀ ਆਰਟਿਸਟ ਉਹਨਾਂ ਨੇ ਕਹਿਣਾ ਨਹੀਂ ਪਹਿਲਾਂ ਇਹਦੇ ਲਈ ਵੀ ਕੁਰਸੀ ਲੈ ਆਓਗੇ ਤਾਂ ਮੈਂ ਬੈਠੂੰਗੀ ਮਤਲਬ ਬਰੋਬਰ ਉਹਨਾਂ ਨੇ ਬਿਠਾਉਣਾ ਬੜੀ ਵੱਡੀ ਗੱਲ ਐ ਸੋ ਉਹ ਫਿਲਮ ਮੈਨੂੰ ਮਿਲੀ ਉਹਦੇ ਚ ਪਾਰਟ ਕੀਤਾ ਪਹਿਲਾਂ ਨਰਵਸ ਸੀ ਪਹਿਲੇ ਦਿਨ ਪਰ ਇੰਨੀ ਅੱਛੀ ਟੀਮ ਸੀ ਕਿ ਮਤਲਬ ਬਹੁਤ ਵਧੀਆ ਫਿਲਮਾਂ ਵਰਗੇ ਆਪਾਂ ਗੱਲਬਾਤ ਕਰੀਏ ਤਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਫਿਲਮਾਂ ਆ ਰਹੀਆਂ ਹਨ ਇਹਦੇ ਵਿੱਚ ਅਸੀਂ ਦੇਖਦੇ ਹਾਂ ਜਿੰਨੇ ਵੀ ਇੱਕ ਕੈਰੈਕਟਰ ਰੋਲ ਨੇ ਚਾਹ ਉਹ ਐਂ ਹੁੰਦਾ ਵੀ ਬਸ ਹੀਰੋ ਤੇ ਹੀਰੋਇਨ ਚੇਂਜ ਕਰਦੇ ਬਾਕੀ ਉਹੀ ਟੀਮ ਹੁੰਦੀ ਆਲਮੋਸਟ ਸਾਰੀ ਹਨ ਕੀ ਲੱਗਦਾ ਵੀ ਸਾਡੇ ਪੰਜਾਬ ਦੇ ਵਿੱਚ ਉਹਨੇ ਕੈਰੈਕਟਰ ਨਹੀਂ ਕਿ ਕੀ ਚੱਕਰ ਵੀ ਮਲਕੀਤ ਰੌਣੀ ਹੁਣ ਨਿਰਮਲ ਰਿਸ਼ੀ ਮੈਡਮ ਆ ਰਪਿੰਦਰ ਰੂਪੀ ਹੋਣੀ ਇਹਨਾਂ ਦਾ ਕਰਮਜੀਤ ਅਨਮੋਲ ਤੇ ਨਾਲ ਹੀਰੋ ਹੀਰੋਇਨ ਜਿਹੜੇ ਆ ਉਹ ਕੋਈ ਨਾ ਕੋਈ ਪਾ ਦੇਣੇ ਤੇ ਫਿਲਮ ਬਣ ਜਾਣੀ ਕੀ ਲੱਗਦਾ ਕੈਰੈਕਟਰ ਰੋਲ ਇਹਨੇ ਘੱਟ ਘੱਟ ਹੋ ਆ ਹੈਗੇ ਨੇ ਇੱਕ ਨੂੰ ਮੌਕਾ ਨਹੀਂ ਮਿਲਦਾ ਆ ਮੌਕਾ ਨਹੀਂ ਮਿਲਦਾ ਅਸਲ 'ਚ ਮੈਂ ਕਹਾਂਗੀ ਵੀ ਥੋੜਾ ਜਿਹਾ ਗਰੁੱਪਿਜ਼ਮ ਕੋਈ ਕੋਈ ਕਹਿੰਦਾ ਕੋਈ ਨਹੀਂ ਕਹਿੰਦਾ ਇਹ ਸਾਰੀ ਚਰਚਾ ਸਾਰੇ ਹੀ ਕਰਦੇ ਆ ਇਸ ਚੀਜ਼ ਦੀ ਕਿ ਆਰਟਿਸਟ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਨੇ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਦੋਂ ਫਿਲਮ ਰਿਲੀਜ਼ ਹੁੰਦੀ ਆ ਕੋਈ ਕਾਸਟ ਕਿੱਥੇ ਇਕੱਠੀ ਹੁੰਦੀ ਆ ਉੱਥੇ ਅਕਸਰ ਸ਼ੂਟਿੰਗ ਦੇ ਸੈੱਟ ਤੇ ਹੀ ਕਈ ਨਾ ਪ੍ਰੋਡਿਊਸਰ ਨਵੀਂ ਫਿਲਮ ਲਈ ਆ ਜਾਂਦੇ ਆ ਉੱਥੇ ਜਿਹੜੀ ਕਾਸਟ ਹੁੰਦੀ ਆ ਨਾਲ ਦੀ ਨਾਲ ਹੀ ਉਹੀ ਫੇਰ ਕਾਸਟ ਜਿਹੜੀ ਅਗਲੀ ਫਿਲਮ ਚ ਕਾਸਟ ਹੋ ਜਾਂਦੀ ਆ ਪਰ ਜਿੱਦਾਂ ਹੁਣ ਤੁਸੀਂ ਅੱਜ ਸਵਾਲ ਕੀਤਾ ਆਪਣੀ ਤੇ ਕੋਈ ਗੱਲ ਨਹੀਂ ਹੋਈ ਇਸੇ ਤਰ੍ਹਾਂ ਹੀ ਅੱਜਕੱਲ੍ਹ ਦਰਸ਼ਕ ਵੀ ਚਰਚਾ ਕਰ ਰਹੇ ਨੇ ਬਿਲਕੁਲ ਉਹ ਦੇਖਦੇ ਆ ਯਹੀ ਕੁਝ ਆ ਰਿਹਾ ਸਾਰਾ ਸੇਮ ਹੀ ਆ ਰਿਹਾ ਹੈ ਜੀ ਥੋੜਾ ਜਿਹਾ ਅਗਰ ਆਰਟਿਸਟ ਬਹੁਤ ਨੇ ਇੰਡਸਟਰੀ ਦੇ ਵਿੱਚ ਔਰ ਬਾਈ ਚਾਂਸ ਬਾਈ ਲੱਕ ਕਹਿ ਲੋ ਜਾਂ ਬਾਈ ਚਾਂਸ ਕਰ ਲੋ ਕਿਸੇ ਨੂੰ ਮੌਕਾ ਮਿਲਦਾ ਫਿਰ ਗਰੋ ਹੋਂਦਾ ਹੌਲੀ ਹੌਲੀ ਕੰਪੀਟੀਸ਼ਨ ਬਹੁਤ ਹੈ ਪਰ ਮੈਂ ਜਿੰਨਾ ਕਿ ਮੈਂ ਪੰਜਾਂ ਛੇ ਸਾਲਾਂ ਚ ਸੋਣਾ ਚ ਸ਼ੁਰੂ ਹੋਈ ਸੀ 22 ਆ ਗਿਆ ਛੇ ਸਾਲਾਂ ਚ ਮੇਰਾ ਐਕਸਪੀਰੀਅੰਸ ਜਿਹੜਾ ਮੈਂ ਨੇੜੇ ਤੋਂ ਵੇਖਿਆ ਇੰਡਸਟਰੀ ਦੇ ਵਿੱਚ ਬਹੁਤ ਲੋਡ ਆ ਇੰਡਸਟਰੀ ਦੇ ਵਿੱਚ ਸਾਡੇ ਵਰਕ ਕਰਨ ਦੀ ਔਰ ਇਵਨ ਕਿ ਜਿਹੜੀ ਸਾਡੀਆਂ ਐਸੋਸੀਏਸ਼ਨਸ ਬਣੀਆਂ ਨੇ ਨਾ ਉਹ ਇਸ ਵੱਲ ਧਿਆਨ ਨਹੀਂ ਦਿੰਦੀਆਂ ਮੈਂ ਬਿਲਕੁਲ ਫ੍ਰੈਂਕਲੀ ਇਹ ਗ ਅ ਮੈਂ 6 ਸਾਲ ਕੰਮ ਕਰਕੇ ਵੇਖਿਆ ਹੈ ਕਿ ਇਹਦੇ ਵਿੱਚ ਗਰੂਪੀਜ਼ਮ ਬਹੁਤ ਹੈ ਇੱਕ ਜੇ ਤੁਸੀਂ ਕਿਸੇ ਚੀਜ਼ ਨੂੰ ਉਹਨੂੰ ਤੁਸੀਂ ਕਿਸੇ ਨੂੰ ਰਿਅਲਾਈਜ਼ ਜਾਂ ਕਹਿਣ ਦੀ ਕੋਸ਼ਿਸ਼ ਕਰਦੇ ਹੋ ਉਹ ਅਗਲੇ ਵਾਰੀ ਤੁਹਾਨੂੰ ਕਾਸਟੀ ਨਹੀਂ ਕਰਦੇ ਅਗਲਾ ਕਹਿੰਦਾ ਫਿਰ ਮੈਂ ਆਪ ਦੇ ਪੈਰੀ ਘੋੜੀ ਆਪ ਮਾਰ ਹਾਂ ਉਹ ਫਿਰ ਸੋਚਦੇ ਨੇ ਕਿ ਔਰ ਦੂਜੀ ਗੱਲ ਪੇਮੈਂਟ ਤੇ ਬੜੇ ਇਸ਼ੂ ਨੇ ਮੇਰੇ ਨਾਲ ਨਹੀਂ ਹੋਇਆ ਲੇਕਿਨ ਮੈਂ ਕਹਾਂਗਾ ਕਿ ਜਿੰਨੇ ਪ੍ਰੋਡਕਸ਼ਨ ਮਿਲੇ ਮੈਨੂੰ ਚੰਗੇ ਮਿਲੇ ਮੈਨੂੰ ਮਿਲ ਗਏ ਲੇਕਿਨ ਜਦੋਂ ਅਸੀਂ ਇੱਕ ਇਵੈਂਟ 'ਚ ਅਸੀਂ ਫੀਮੇਲ ਆਰਟਿਸਟ ਬੈਠਦੇ ਹਾਂ ਨਾ ਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਸੀਨੀਅਰ ਤੋਂ ਸੀਨੀਅਰ ਆਰਟਿਸਟ ਜ ਸੀਨੀਅਰ ਨੇ ਰਪਾਜਨ ਜੱਪਲ ਜੀ ਦੇ ਨਾਲ ਸਾਡੇ ਨਾਲ ਸੀ ਉਹ ਸ਼ੂਟਿੰਗ ਦੇ ਹਾਂਜੀ ਔਰ ਕਾਫੀ ਹੋਰ ਵੀ ਜਿਹੜੀਆਂ ਸਾਡੀਆਂ ਮੈਚੁਰ ਆਰਟਿਸਟ ਨੇ ਅਗਰ ਅਸੀਂ ਸੋਚਦੇ ਹਾਂ ਕਿ ਇਹਨਾਂ ਦੇ ਨਾਲ ਇੰਨਾ ਇੰਨਾ ਹੋ ਰਿਹਾ ਹੈ ਤੇ ਫਿਰ ਅਸੀਂ ਤਾਂ ਬਿਲਕੁਲ ਹੀ ਨਵੇਂ ਆ ਇੰਡਸਟਰੀ ਲਈ ਫਿਲਮਸ ਇੰਡਸਟਰੀ ਲਈ ਤੇ ਮੈਂ ਉਦੋਂ ਇਹ ਰਿਅਲਾਈਜ਼ ਕੀਤਾ ਕਿ ਰਾਖੀ ਤੂੰ ਤਾਂ ਆਪਣੇ ਫੀਲਡ 'ਚ ਤਾਂ ਸਿਰੇ ਜਾਓ ਸ਼ਾਮ ਨੂੰ ਜੋ ਜਿੰਨਾ ਕੰਮ ਕਰਦੇ ਹੋ ਤੁਹਾਨੂੰ ਤੁਹਾਡਾ ਹੱਕ ਮਿਲਦਾ ਹੈਪੀਲੀ ਤੁਸੀਂ ਹਸਾ ਕੇ ਆਉਂਦੇ ਹੋ ਮੈਂ ਇੰਨਾ ਕਿ ਸਟਰਗਲ ਵੇਖਿਆ ਮੈਂ ਤਾਂ ਸਹੀ ਗੱਲ ਦੱਸਾਂ ਫੀਮੇਲ ਆਰਟਿਸਟ ਦਾ ਇੰਨਾ ਸਟਰਗਲ ਹੈ ਈਵਨ ਕਿ ਅਗਰ ਭਾਵੇਂ ਕੋਈ ਫੀਮੇਲ ਆਰਟਿਸਟ ਨਾਲ ਲੇਡੀ ਬਜ਼ੁਰਗਾ ਕਿੰਨੀ ਹੀ ਉਹ ਸਾਡੀ ਵੱਡੀ ਆ ਮੰਨ ਲਓ ਕਿ ਰਿਸ਼ੀ ਮੈਮ ਨੇ ਜਾਂ ਹੋਰ ਨੇ ਉਹਨਾਂ ਦੀ ਕੈਟਾਗਰੀ ਦੇ ਆਰਟਿਸਟ ਨੇ ਸੀਨੀਅਰ ਨੇ ਕਦੋਂ ਦੀ ਪੈਮੇ ਤਿਆਰ ਹੋ ਕੇ ਬੈਠੇ ਨੇ ਲੇਕਿਨ ਅਗਰ ਕੋਈ ਹੋਰ ਮੇਲ ਆਰਟਿਸਟ ਆ ਗਿਆ ਹਾਂ ਜਾਂ ਹੋਰ ਆ ਗਿਆ ਉਹਨਾਂ ਦੇ ਸਟਾਰ ਕੋਈ ਆ ਗਿਆ ਸਟਾਰ ਆ ਗਿਆ ਜਾਂ ਵੱਡਾ ਆ ਗਿਆ ਮੇਲ ਆਰਟਿਸਟ ਆ ਗਿਆ ਸਪੈਸ਼ਲੀ ਅਸੀਂ ਬੜਾ ਨੇੜੇ ਤੋਂ ਅਬਜ਼ਰਵ ਕੀਤਾ ਤੇ ਉਹਨੇ ਕਹਤਾ ਮੈਂ ਜਾਣਾ ਮੇਰੇ ਫਲਾਣਾ ਤਾਂ ਛੁੱਟ ਉਹ ਉਹ ਜਿਹੜੇ ਸੀਨੀਅਰ ਨੇ ਉਹ ਲੇਡੀ ਆਰਟਿਸਟ ਬੈਠੇ ਰਹਿਣਗੇ ਭਾਵੇਂ ਉਹਨਾਂ ਨੂੰ 4 ਘੰਟੇ ਬੈਠਣਾ ਪਵੇ ਪਰ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਫ੍ਰੀ ਕਰਨਾ ਇੱਥੇ ਇਹ ਮੇਰੀਆਂ ਅੱਖੀਂ ਵੇਖੀਆਂ ਚੀਜ਼ਾਂ ਨੇ ਇਹ ਇਹ ਤੁਸੀਂ ਸ਼ੂਟਿੰਗਸ ਦੀ ਜਿਹੜੀਆਂ ਪ੍ਰੋਬਲਮਸ ਉਹਨਾਂ ਬਾਰੇ ਡਿਸਕਸ ਕਰਦੇ ਇੱਕ ਚੀਜ਼ ਮੈਨੂੰ ਹੋਰ ਦਿਖਦੀ ਆ ਕਈ ਨਾ ਸਾਡੇ ਇੰਡਸਟਰੀ ਦੇ ਬੜੇ ਵੱਡੇ ਵੱਡੇ ਨਾਮ ਨੇ ਕਰਤਾਰ ਚੀਮਾ ਆਏ ਜਾਂ ਜਿਹੜੇ ਕਿ ਰੀਅਲ ਦੇ ਵਿੱਚ ਐਕਟਰ ਨਹੀਂ ਪਰ ਉਹਨਾਂ ਨੂੰ ਚਾਂਸ ਨਹੀਂ ਮਿਲਦਾ ਕਿਉਂਕਿ ਐਮੀ ਹੁਣੀ ਆਗੇ ਦਲਜੀਤ ਹੁਣੀ ਆਗੇ ਗਿੱਪੀ ਹੁਣੀ ਇਸ ਇੰਡਸਟਰੀ ਦੇ ਵਿੱਚ ਆ ਗਏ ਹਨ ਦੇਵ ਖਰੋੜ ਹੁਣੀ ਨੇ ਹਨਾ ਜਿਮੀ ਸ਼ੇਰਗਿੱਲ ਉਹਨਾਂ ਨੂੰ ਵੀ ਲੈ ਕੇ ਵੱਡੀਆਂ ਫਿਲਮਾਂ ਹੁਣ ਪੰਜਾਬ ਚ ਨਹੀਂ ਬਣ ਰਹੀਆਂ ਕੀ ਤੁਹਾਨੂੰ ਲੱਗਦਾ ਵੀ ਥੀਏਟਰ ਵਾਲੇ ਆਰਟਿਸਟ ਆ ਜਾਂ ਜਿਹੜੇ ਅਸਲੀ ਕਲਾਕਾਰ ਆ ਅਸਲੀ ਐਕਟਰ ਆ ਉਹਨਾਂ ਦੇ ਉਹਨਾਂ ਦਾ ਕੰਮ ਤੇ ਢਾਕਾ ਪਾਤਾ ਇਹਨਾਂ ਸਿੰਗਰਾਂ ਨੇ ਆ ਕੇ ਨਹੀਂ ਐਕਚੁਅਲੀ ਠੀਕ ਹੈ ਆਪਣੀ ਇੰਡਸਟਰੀ ਚ ਬਹੁਤ ਸਾਰੇ ਐਕਟਰ ਨੇ ਜਿਹੜੇ ਸਿੰਗਰ ਨੇ ਜਿਹੜੇ ਅੱਛੇ ਐਕਟਰ ਵੀ ਨੇ ਅਸੀਂ ਅਕਸਰ ਗੱਲ ਕਰਦੇ ਆ ਬਹੁਤ ਸਾਰੇ ਐਸੇ ਵੀ ਐਕਟਰ ਬਣੇ ਨੇ ਜਿਹੜੇ ਸਿਰਫ ਸਿੰਗਰ ਨਹੀਂ ਉਹ ਮਤਲਬ ਨਾਟ ਐਕਟਰ ਨਹੀਂ ਗਏ ਉਹ ਬਪਾ ਕਹਿ ਸਕਦੇ ਉਹਨਾਂ ਨੂੰ ਕਿ ਠੀਕ ਹੈ ਉਹ ਵੱਖਰੀ ਗੱਲ ਹੈ ਉਹਨਾਂ ਦਾ ਨਾਮ ਹੈ ਜਾਂ ਨੇਮ ਫੇਮ ਹੈ ਨਹੀਂ ਤਾਂ ਸ਼ੁਰੂ ਤੋਂ ਹੁੰਦਾ ਆ ਹਰਪ੍ਰਧਨ ਮਾਨਾ ਗੁਰਦਾਸ ਮਾਨ ਪਰ ਅੱਜ ਦੇ ਸਮੇਂ ਦੇ ਦੇਖਿਆ ਜੇ ਤਾਂ ਸਾਰੇ ਅਵੇਲੇ ਬੈਠੇ ਨਹੀਂ ਬਿਲਕੁਲ ਕਿਉਂਕਿ ਥੀਏਟਰ ਦੇ ਆਰਟਿਸਟ ਜ਼ਿਆਦਾਤਰ ਵਿਲੇ ਹੀ ਨੇ ਮੈਂ ਜੇ ਕਹਾਂ ਨਾ ਰੀਅਲ ਜਿਹੜੇ ਆਰਟਿਸਟ ਨੇ ਉਹ ਵਿਲੇ ਹੀ ਨੇ ਸੋ ਇਸ ਇਹੀ ਹਾਲ ਸਾਡੀ ਗਾਇਕੀ ਚ ਵੀ ਆਉਦੋਂ ਫਿਰ ਕਰੈਕਟਰ ਰੋਲ ਤੇ ਆਉਣਾ ਪੈ ਜਾਂਦਾ ਉਹਨਾਂ ਨੂੰ ਉਹ ਕਰੈਕਟਰ ਰੋਲ ਤੇ ਆਉਂਦੇ ਨੇ ਫਿਰ ਜੇ ਜਦੋਂ ਫਿਰ ਐਡੀਟਿੰਗ ਹੁੰਦੀ ਹੈ ਜਾਂ ਹੁੰਦੀ ਹੈ ਉਦੋਂ ਫਿਰ ਕੈਂਚੀ ਚੱਲਦੀ ਹੈ ਅੱਧੇ ਤੋਂ ਅੱਧਾ ਵੀ ਪਾਰਟ ਰਹਿ ਜਾਂਦਾ ਫਿਰ ਲੋਕ ਕਹਿੰਦੇ ਨੇ ਲੈ ਉਹਦੇ ਚ ਦਿਖੇ ਸੀ ਇਹ ਤਾਂ ਹੈ ਨਹੀਂ ਸੀ ਪਰ ਉਹਨਾਂ ਨੂੰ ਕੀ ਪਤਾ ਉਹਦੇ ਪਿੱਛੇ ਦੀ ਜਿਹੜੀ ਆਰਟਿਸਟ ਦੀ ਮਿਹਨਤ ਹੈ ਕੰਮ ਤਾਂ ਪੂਰਾ ਲਿਆ ਉਹਨਾਂ ਦੇ ਕੋਲੋਂ ਮੈਂ ਖੁਦ ਕੰਮ ਕੀਤਾ 6 ਸਾਲ ਮੇਰੀ ਬਸ ਹੋ ਗਈ ਸੀਗੀ ਮਤਲਬ ਕੰਮ ਕੀਤਾ ਬਹੁਤ ਲ ਕਡਾ ਇੱਕ ਫਿਲਮ ਸੀਗੀ ਆਈ ਵਿੱਚ ਮੈਂ ਨਾਮ ਨਹੀਂ ਲੈਣਾ ਉਹਦਾ ਤੁਸੀਂ ਡੇ ਨਾਈਟ ਦੇ ਤੱਕ ਉਹਦੇ ਵਿੱਚ ਕੰਮ ਕੀਤਾ ਤੁਹਾਡੇ ਵਿੱਚ ਡਾਇਲੋਗ ਹੀ ਜਦੋਂ ਵੇਖਿਆ ਪੂਰੀ ਫਿਲਮ 'ਚ ਡਾਇਲੋਗ ਹੈ ਨਹੀਂ ਕਿਹੜੀ ਫਿਲਮ ਫਿਰ ਕੋਈ ਨਾਮ ਲੈ ਦਿਓ ਉਹਦਾ ਫਿਲਮ ਆਪਣੇ ਜਿਹੜੀ ਆਈ ਸੀ ਖਸੰਧੂ ਹੁੰਦਾ ਸੀ ਇੱਕ ਸੰਧੂ ਹੁੰਦਾ ਸੀ ਮੈਂ ਉਹਨਾਂ ਦੀ ਪ੍ਰੋਡਕਸ਼ਨ ਤੁਹਾਡੇ ਤੁਹਾਡੇ ਤੁਹਾਡਾ ਰੋਲ ਉਹਦੇ ਵਿੱਚੋਂ ਕੱਟਿਆ ਗਿਆ ਮੇਰਾ ਰੋਲ ਵੀ ਕੱਟਿਆ ਗਿਆ ਇੱਕ ਵੀ ਡਾਇਲੋਗ ਅਰੇ ਮੈਂ ਤੁਹਾਨੂੰ ਦੱਸਾਂ ਡਾਇਲੋਗ ਵੀ ਕਿੰਨਾ ਨੇ ਲਿਖੇ ਸੀ ਪ੍ਰਿੰਸ ਕਵਲਜੀਤ ਹੋਣਾ ਨੇ ਔਰ ਉਸ ਸ਼ੂਟਿੰਗ ਤੇ ਮੌਜੂਦ ਸੀ ਜਦੋਂ ਫਿਲਮ ਅਸੀਂ ਕਰ ਰਹੇ ਸੀ ਸ਼ੂਟ ਇੱਕ ਸ਼ਾਰਟ ਸੀਗਾ ਔਰ ਪਵਨ ਮਨੋਤਰਾ ਜੀ ਸੀਗੇ ਆਪਣੇ ਨਾਲ ਇੱਕ ਹੋਰ ਆਰਟਿਸਟ ਸੀਗੇ ਅਸੀਂ ਸਾਰੇ ਕਮਲ ਜੀ ਨੇ ਡਾਇਲੋਗ ਲਿਖੇ ਸੀ ਕਹਿੰਦੇ ਰਾਖੀ ਤੁਹਾਡੇ ਡਾਇਲੋਗ ਨੇ ਔਰ ਉਹ ਸਾਹਮਣੇ ਖੜੇ ਨੇ ਰਾਈਟਰ ਔਰ ਫਲਮਾਇਆ ਜਾ ਰਿਹਾ ਸੀਨ ਉਹ ਕਹਿੰਦੇ ਕਿ ਨਹੀਂ ਨਹੀਂ ਇਹ ਡਾਇਲੋਗ ਦੀ ਜਰੂਰਤ ਨਹੀਂ ਉਹ ਕਹਿੰਦੇ ਨਹੀਂ ਮੈਂ ਕਹਿ ਵੀ ਇਹ ਕਹਿੰਦੇ ਡਾਇਲੋਗ ਨਹੀਂ ਬੋਲਣਾ ਹੁਣ ਫੈਮਿਲੀ ਦੇ ਚਾਰ ਮੈਂਬਰ ਬੈਠੇ ਆ ਤੁਸੀਂ ਕਹਿ ਰਹੇ ਡਾਇਲੋਗ ਨਹੀਂ ਬੋਲਣਾ ਬਟ ਰਾਈਟਰ ਕਹਿ ਰਿਹਾ ਕਿ ਇਹ ਡਿਮਾਂਡ ਹੈ ਸਟੋਰੀ ਦੀ ਰਾਈਟਰ ਦੀ ਵੀ ਘੱਟ ਸੁਣੀ ਜਾਂਦੀ ਹੈ ਸ਼ੂਟ ਕਰ ਲਿਆ ਸ਼ੂਟ ਕਰ ਲਿਆ ਪਰ ਜਦੋਂ ਫਿਲਮ ਦੇਖੀ ਕਟਿਆ ਹੋਇਆ ਸੀ ਕਾਰਨ ਕੀ ਮੰਨਦੇ ਹੋ ਕਾਹ ਤੋਂ ਕੱਟੇ ਜਾਂਦੇ ਆ ਪ੍ਰੋਡਕਸ਼ਨ ਦੇ ਵਿੱਚ ਪਤਾ ਕੀ ਆ ਕਿਉਂਕਿ ਅਸੀਂ ਕੀਤਾ ਮੇਨ ਦੇ ਵਿੱਚ ਕੰਮ ਅਸੀਂ ਆਪਣੀ ਸਟੇਜ ਤੇ ਆਮ ਹੈਪੀ ਵਿਦ ਮਾਈ ਸਿੰਗਿੰਗ ਮੇਰਾ ਜੋ ਕੈਰੀਅਰ ਜੋ ਅਚੀਵ ਕੀਤਾ ਲੇਕਿਨ ਇਹਦੇ ਨਾਲ ਤੇ ਮੈਨੂੰ ਲੱਗਦਾ ਕਿ ਪੁਰਾਣਾ ਟਾਈਮ ਤੇ ਹੁੰਦਾ ਸੀ ਕਿ ਜਿਹੜੇ ਆਰਟਿਸਟ ਸੱਧਿਆ ਗਿਆ ਨਾ ਸੈਟ ਦੇ ਉਹਦਾ ਉਹ ਕੰਮ ਹੋਣਾ ਹੀ ਉਹ ਤਾਂ ਦਿਖਣਾ ਵੀ ਹੈ ਇਹ ਮੈਂ ਵੇਖਿਆ ਵੀ ਆ ਲੇਕਿਨ ਅੱਜ ਦੇ ਟਾਈਮ ਤੇ ਇਹ ਹੈ ਕਿ ਜਿੰਨਾ ਪਾਰਟ ਤੁਹਾਨੂੰ ਅਗਰ ਉਹਨਾਂ ਨੇ 70% ਸੁਣਾਇਆ ਨਾ ਫਿਲਮ ਵਿੱਚ ਐਡੀਟਿੰਗ ਤੋਂ ਬਾਅਦ ਤੁਹਾਡਾ ਉਹ ਤੇ 30% ਹੀ ਦਿਖਣਾ ਹੈ 70% ਕੱਟਿਆ ਜਾਣਾ ਉਹ ਕੱਟਿਆ ਜਾਣਾ ਬਦਲੇ ਇੱਕ ਗੱਲ ਹੋਰ ਦੱਸਿਓ ਅੱਜ ਕੱਲ ਫਿਲਮਾਂ ਬੜੀਆਂ ਮਹਿੰਗੀਆਂ ਮਹਿੰਗੀਆਂ ਰੀਸੈਂਟਲੀ ਇੱਕ ਫਿਲਮ ਰਿਲੀਜ਼ ਹੋਈ ਆ ਕਾਲੀ ਜੋਟਾ ਮੈਨੂੰ ਪਤਾ ਲੱਗਾ ਵੀ 7.5 ਕਰੋੜ ਰੁਪਈਆ ਇਸ ਫਿਲਮ ਤੇ ਲੱਗਾ ਜਿਹੜੇ ਕੈਰੈਕਟਰ ਆਰਟਿਸਟ ਨੇ ਚਾਹੇ ਜਿਵੇਂ ਤੁਸੀਂ ਰੋਲ ਕਰਦੇ ਹੋ ਉਹਨੂੰ ਮੈਡਮ ਨਿਰਮਰਿਸ਼ ਕੀ ਇਹਨਾਂ ਨੂੰ ਪੂਰੀ ਪੇਮੈਂਟ ਉਸ ਹਿਸਾਬ ਨਾਲ ਮਿਲਦੀ ਆ ਜਿਸ ਹਿਸਾਬ ਨਾਲ ਫਿਲਮ ਦਾ ਬਜਟ ਹੁੰਦਾ ਮੈਂ 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 ਤਾਂ ਮੀਨ ਮੀਨ ਵਾਲੀ ਕਰਾ ਕਰ ਪੈਸੇ ਲੈ ਨਹੀਂ ਮੈਂ ਤਾਂ ਅੱਜ ਫ੍ਰੈਂਕਲੀ ਸੱਚੀ ਮੈਂ ਕਹਾਂ ਨਾ ਮੈਂ ਜੋ ਵਿੱਚ ਜੀ ਮਾਹੌਲ ਦੇਖਿਆ ਐਵੇਂ ਕੀ ਹੁਣ ਵੀ ਮੈਂ ਫਿਲਮ ਕਰਕੇ ਹੀ ਆਈਆਂ ਲੰਡਨ ਦੇ ਵਿੱਚ ਸ਼ੋਅ ਲੀ ਗਏ ਸੀ ਸੀ ਕੈਰੀ ਆਨ ਕਰਕੇ ਆਏ ਆ ਔਰ ਹੁਣ ਵੀ ਉਹਨਾਂ ਪ੍ਰੋਡਕਸ਼ਨਾਂ ਦੇ ਨਾਲ ਜੁੜੇ ਆਰਟਿਸਟ ਮੈਨੂੰ ਥੋੜੇ ਦਿਨ ਪਹਿਲਾਂ ਹੀ ਮਿਲੇ ਨੇ ਉਹਨਾਂ ਨੇ ਵੀ ਕਿਹਾ ਕਿ ਸਾਡੀ ਤਾਂ ਉਹ 4-5 ਮਹੀਨੇ ਪਹਿਲਾਂ ਜਿਹੜੀ ਫਿਲਮ ਆਈ ਸੀ ਸਾਲ ਆਈ ਸੀ ਸਾਡੀ ਤਾਂ ਪੇਮੈਂਟ ਨਹੀਂ ਆਈ ਮੈਂ ਸਿੱਧਾ ਅੱਜ ਬਿਲਕੁਲ ਕਵਾਂਗੀ ਕਿ ਫੀਮੇਲ ਆਰਟਿਸਟ ਦੀ ਪੇਮੈਂਟ ਵੇਲੇ ਇਹ ਲੋਕ ਕਹਿ ਦਿੰਦੇ ਨੇ ਜੀ ਬਜਟ ਘਟ ਹੈ ਤੇ ਜਦੋਂ ਮੇਨ ਨੂੰ ਦੇਣਾ ਹੁੰਦਾ ਕਰੋੜਾਂ ਦੇ ਵਿੱਚ ਕਿਉਂ ਕਿਉਂਕਿ ਕੈਰੈਕਟਰ ਆਰਟਿਸਟ ਦੇ ਬਿਨਾ ਵੀ ਤਾਂ ਬਾਕੀ ਸਾਰੇ ਜ਼ੀਰੋ ਹੀ ਨੇ ਤੁਹਾਨੂੰ ਲੱਗਦਾ ਕੈਰੈਕਟਰ ਆਰਟਿਸਟ ਜਾਂ ਪੌੜੀਆਂ ਹੀ ਇਹ ਸਿੰਗਰ ਚੜਦੇ ਆ ਸਾਰੇ ਬਿਲਕੁਲ ਸਾਰੇ ਦੇਖੋ ਜੇ ਹੁਣ ਉਹ ਫਿਲਮ ਦੇ ਵਿੱਚ ਤੁਹਾਡੇ ਭਰਾ ਬਣਾਇਆ ਭੈਣ ਬਣਾਇਆ ਦਾਦੀ ਨਾਨੀ ਚਾਚੀ ਨਹੀਂ ਦਿਖਣਗੇ ਫਿਰ ਤੁਸੀਂ ਕੱਲੇ ਹੀਰੋ ਹੀਰੋਇਨ ਲੈ ਕੇ ਬਣਾ ਲਓ ਮੈਂ ਹੁਣ ਤੁਹਾਨੂੰ ਦੱਸਾਂ ਮੈਂ ਕਿੰਨੇ ਪ੍ਰੋਜੈਕਟ ਛੱਡੇ ਨੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਮੈਡਮ ਬਜਟ ਨਹੀਂ ਹੈਗਾ ਮੈਂ ਇਹ ਜੀ ਫਿਰ ਮੈਨੂੰ ਤਾਂ ਮਾਫ ਕਰ ਦਿਓ ਕਿਉਂਕਿ ਤੁਸੀਂ ਇੱਕ ਆਪਣਾ ਘਰ ਪਰਿਵਾਰ ਛੱਡ ਕੇ ਐਫਰਟ ਦੇਣਾ ਹੈ ਜੇ ਤੁਹਾਡੇ ਕੋਲ ਬਜਟ ਨਹੀਂ ਹੈਗਾ ਤੁਸੀਂ ਫਿਰ ਕਿਸੇ ਹੋਰ ਨੂੰ ਲੈ ਲਓ ਜਾਂ ਫਿਰ ਤੁਸੀਂ ਪਾਰਟੀ ਨਾ ਰੱਖੋ ਪਾਰਟ ਦੇ ਡਿਮਾਂਡ ਵੀ ਹੈ ਰਿਕੁਆਇਰਮੈਂਟ ਹੈ ਕਿ ਇਹ ਪਾਰਟ ਸਾਨੂੰ ਭੈਣ ਭਾਬੀ ਵਾਲਾ ਚਾਹੀਦਾ ਮੈਂ ਤਾਂ ਜਿੰਨੇ ਵੀ ਮੈਨੂੰ ਪ੍ਰੋਡਕਸ਼ਨ ਪਹਿਲਾਂ ਮੈਂ ਕੰਮ ਕੀਤਾ ਸਿਮਰ ਜੀ ਹੁਣਾਂ ਨਾ ਕੀਤਾ ਵਾਈਟ ਹਿਲਦੀ ਫਿਲਮ ਕੀਤੀ ਹੈ ਮੁਕਲਾਵਾ ਕੀਤੀ ਹੈ ਉਹ ਰਿਪੀਟ ਹੋਏ ਆ ਸੀ ਕਦੀ ਮੈਨੂੰ ਦਿੱਕਤ ਨਹੀਂ ਆਈ ਕਦੀ ਵੀ ਨਹੀਂ ਆਈ ਨਾ ਪੇਮੈਂਟ ਦੀ ਨਾ ਕੋਈ ਕੈਰੇਕਟਰ ਦੀ ਜਿਹੜਾ ਦੱਸਿਆ ਅੱਜ ਦੇ ਪਾਸੇ ਪਾਸੇ ਸੁਣਦਾ ਵੀ ਇਹ ਪ੍ਰੋਬਲਮ ਆ ਜਾਂਦੀ ਆ ਆ ਜਾਂਦੀ ਹੈ ਉਹ ਕਿਉਂ ਕਿ ਕਿਉਂਕਿ ਕੁਝ ਕੁਸ਼ ਪ੍ਰੋਡਕਸ਼ਨਸ ਨੇ ਜਿਹੜੀਆਂ ਆਪਣੇ ਚ ਪ੍ਰੋਫੈਸ਼ਨਲ ਨੇ ਬਾਕੀ ਜਿਹੜੇ ਕੁਸ਼ ਪ੍ਰੋਡਕਸ਼ਨ ਤੇ ਨਵੀਆਂ ਆਈਆਂ ਨੇ ਉਹ ਆਰਟਿਸਟਾਂ ਦਾ ਯੂਜ਼ ਜ਼ਰੂਰ ਕਰਦੇ ਆ ਪਰ ਉਹਨਾਂ ਨੂੰ ਮੈਂ ਕਹਾਂਗੀ ਕਿ ਫੀਮੇਲ ਆਰਟਿਸਟ ਦੀ ਤਾਂ ਬਿਲਕੁਲ ਵੀ ਕਦਰ ਨਹੀਂ ਆ ਚਲੋ ਆਪਾਂ ਹੁਣ ਫਿਲਮਾਂ ਤੋਂ ਫੇਰ ਤੁਹਾਡੀ ਸਿੰਗਿੰਗ ਵਾਲਾ ਆਈਏ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਸਾਡਾ ਬਿਲਕੁਲ ਘਟ ਰਿਹਾ ਹੈ ਨਾ ਹੁਣੇ ਜੇ ਪੱਟੀ ਪੜੀ ਵਾਲਾ ਜਿਹੜਾ ਗੀਤ ਤੁਹਾਡਾ ਰਿਲੀਜ਼ ਕੀਤਾ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰੀਏ ਵੀ ਉਹਦਾ ਸਬੱਬ ਕਿਵੇਂ ਬਣਿਆ ਔਰ ਉਹਦੀਆਂ ਦੋ ਲਾਈਨਾਂ ਸੋ ਗੀਤ ਤੁਹਾਡੇ ਨਾਲ ਦੀ ਨਾਲ ਆਈ ਜਾਂਦੇ ਜਿਹੀ ਰੋਹਦਾਰੀ ਦੀ ਗੱਲ ਆ ਤੇ ਉਹ ਗੀਤ ਦਾ ਜਿਹੜਾ ਪੱਟੀ ਪੜੀ ਵਾਲਾ ਉਹਦੇ ਬਾਰੇ ਦੱਸੋ ਕਿਵੇਂ ਸਬੱਬ ਬਣਿਆ ਕਿਹਦਾ ਮਿਊਜ਼ਿਕ ਆ ਔਰ ਕਿਸ ਤਰ੍ਹਾਂ ਜਿਹੜਾ ਰਿਸਪੌਂਸ ਹੈ ਉਹ ਮੈਨੂੰ ਤੁਹਾਨੂੰ ਮਿਲ ਰਿਹਾ ਉਸ ਗੀਤ ਦਾ ਜੀ ਹਾਂਜੀ ਗਰਾਰਾ ਗੀਤ ਜਿਹੜਾ ਤੁਸੀਂ ਸੁ ਔਰ ਪੰਜਾਬ ਦੀ ਜਿਹੜੀ ਬਕਮਾਲ ਆਰਟਿਸਟ ਹੈ ਰਾਜਤਾਲੀ ਵੈਲカム ਕੀਤਾ ਔਰ ਰੋਮੀ ਹੁਣ ਦਾ 뮤직 ਹੈ ਬੌਬੀ ਬਾਜਵਾਨੀ ਵੀਡੀਓ ਕੀਤਾ ਲੋਕ ਗੀਤ ਐਂਟਰਟੇਨਮੈਂਟ ਦੇ ਬੈਨਰ ਹੇਟ ਰਿਲੀਜ਼ ਹੋਇਆ ਉਹ ਲੋਕ ਗੀਤ ਜਿਹਦਾ ਨਾਮ ਹੀ ਕੰਪਨੀ ਦਾ ਸੋ ਉਹਨਾਂ ਦਾ ਇਹ ਮੋਟਿਵ ਹੈ ਕਿ ਫੋਕ ਗੀਤ ਜਿਹੜੇ ਗਾਉਂਦੇ ਨੇ ਆਰਟਿਸਟ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਤੇ ਹੁਣ ਟੋ ਲਾਈਨਅਪ ਦੀ ਪਾਬੋ ਕੱਢ ਲਿਆ ਸੰਦੂਕ ਚੋਂ ਗਰਾਰਾ ਮੇਲੇ ਨੂੰ ਜਾਣਾ ਬੜੇ ਠਣਕੇ ਉਹ ਪਾਬੋ ਕੱਢ ਲਿਆ ਸੰਦੂਕ ਚੋਂ ਗਰਾਰਾ ਮੇਲੇ ਨੂੰ ਜਾਣਾ ਬੜੇ ਠਣਕੇ ਵੇਖੇ ਛਾੜ ਕੇ ਚਬਾਰੇ ਪਿੰਡ ਸਾਰਾ ਮੇਲੇ ਨੂੰ ਜਾਣਾ ਬੜੇ ਠਣਕੇ ਵੇਖੇ ਛਾੜ ਕੇ ਚਬਾਰੇ ਪਿੰਡ ਸਾਰਾ ਮੇਲੇ ਨੂੰ ਜਾਣਾ ਬੜੇ ਠਣਕੇ ਅਸ ਮੈਂ ਦੇਖ ਰਿਹਾ ਤੁਸੀਂ ਹਰੇ ਗੀਤ ਦੇ ਵਿੱਚ ਨਾ ਫੋਕ ਦੀ ਗੱਲ ਕਰ ਰਹੇ ਹੋ ਸੱਭਿਆਚਾਰ ਦੀ ਗੱਲ ਕਰ ਰਹੇ ਹੋ ਜਿਵੇਂ ਮੇਲੇ ਦੀ ਗੱਲ ਕੀਤੀ ਆ ਅੱਜ ਦੇ ਸਮੇਂ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਅਜੋਕੀ ਗਾਇਕੀ ਦੇ ਵਿੱਚ ਸੱਭਿਆਚਾਰ ਦੀ ਤੁੰਬੀ ਵਜਾਉਣੀ ਕਿੰਨੀ ਔਖੀ ਲੱਗਦੀ ਬੜੀ ਔਖੀ ਹੈ ਪਰ ਮੈਨੂੰ ਪਰ ਮੈਂ ਇਹ ਗੱਲ ਸੋਚ ਕੇ ਕਰਦੀ ਹਾਂ ਜਦੋਂ ਮੈਂ ਗਾਣਾ ਕਰਦੀ ਹਾਂ ਨਾ ਜਦੋਂ ਮੈਂ ਵਾਪਸੀ ਕੀਤੀ ਸੀ ਨਾ ਸੋਸ਼ਲ ਮੀਡੀਆ ਫੇਸਬੁਕ ਸ਼ੁਰੂ ਹੋਇਆ ਸੀ 15 ਜਦੋਂ ਅਕਾਊਂਟ ਬਣਾਇਆ ਤੇ ਕੋਈ ਫੋਟੋ ਫੋਟੋ ਪਾਣੀ ਤੇ ਉੱਤੇ ਕੋਈ ਇਦਾਂ ਦੇ ਕਮੈਂਟ ਆ ਬਡੀ ਟੈਨਸ਼ਨ ਹੁਣ ਫਿਰ ਇਹਨਾਂ ਨੇ ਸਮਝਾਇਆ ਦੀ ਇਹ ਨੂੰ ਨਾ ਭੁੱਲ ਜਾ ਤੇ ਮਤਲਬ ਪਹਿਲਾਂ ਤੇ ਕਿਉਂਕਿ ਮੋਬਾਈਲ ਆਈ ਦਿਖਦੇ ਨਹੀਂ ਸੀ ਕਮੈਂਟ ਹਨਾ ਸ਼ੋਅ ਤੇ ਗਏ ਕਪੜੇ ਵੀ ਚੱਲ ਜਾਂਦੇ ਸੀ ਦੋ ਸੂਟਾਂ ਨਾ 6 ਪ੍ਰੋਗਰਾਮ ਲਾਉਣੇ ਹੁਣ ਤਾਂ ਜੇ ਦੋ ਸੂਟ ਇੱਕ ਸੂਟ ਹੁਣ ਤਾਂ ਇੱਕ ਵਿਆਹ ਦੇ ਵਿੱਚ 6 ਪਉਣੇ ਪੈਂਦੇ ਆ ਪਉਣੇ ਪੈਂਦੇ ਆ ਤੇ ਜਦੋਂ ਮੈਂ ਮਿਰਜ਼ਾ ਕੀਤਾ ਉਦੋਂ ਵੀ ਕਹਿੰਦੇ ਰਾਖੀ ਤੂੰ ਕਮਲੀ ਆ ਤੂੰ ਇਨੇ ਸਾਲ ਬਾਅਦ ਵਾਪਸੀ ਕਰ ਰਹੀ ਆ ਮਿਰਜ਼ਾ ਕਹਿੰਨੇ ਸੁਣਨਾ ਪਰ ਮੈਂ ਜਿਹੜਾ ਸਨਮਾਨ ਮਿਰਜ਼ੇ ਤੋਂ ਨੰਗ ਬੰਦਾ ਪਰ ਛਾਵੇਂ ਜਿਹੜੇ ਮੈਂ ਗੀਤਾਂ ਤੋਂ ਲਿਆ ਮੇਰੇ ਜਿੰਨੇ ਵੀ ਗਾਣੇ ਆਏ ਉਹਨਾਂ ਚ ਮਤਲਬ ਪਰਿਵਾਰਿਕ ਚਲਕ ਚਲਕ ਦੀ ਸੀ ਤੁਸੀਂ ਵੀ ਦੇਖਿਆ ਸੋ ਇਹ ਗਾਣਾ ਵੀ ਜਦੋਂ ਮੇਲਾ ਪਟੀ ਨੇ ਗਾਣਾ ਭੇਜਿਆ ਸੀ ਗਰਾਰਾ ਸੋ ਨਾਮ ਤੋਂ ਹੀ ਇਹ ਫੌਕ ਸੀ ਔਰ ਇਹਦੇ ਵਿੱਚ ਫਿਰ ਜਦੋਂ ਪੂਰਾ ਕਨਸੈਪਟ ਵੇਖਿਆ ਸੀ ਪੂਰਾ ਮੇਲਾ ਕੁੜੀਆਂ ਪਰਾਂਦੀਆਂ ਹਨਾ ਪੂਰਾ ਮਜ਼ਾ ਆਉਂਦਾ ਮੈਂ ਮੈਂ ਇਹਦੇ ਚ ਸੌਖੀ ਹਾਂ ਮੈਨੂੰ ਲੱਗਦਾ ਕਿ ਭਾਵੇਂ ਕੋਈ ਕੁਸ਼ ਕਰੀ ਜਾਵੇ ਮੇਰਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਮੇਰੀ ਆਪਣੀ ਇੱਕ ਹੈਗੀ ਆ ਆਡੀਅנס ਤੇ ਮੈਂ ਜਦ ਇਥੇ 10 ਗੀਤ ਦੁੱਝੇ ਆਉਂਦੇ ਨੇ ਆਪਣਾ ਵਿੱਚ ਇੱਕ ਫੋਕ ਆ ਕੇ ਉਹੀ ਸਾਰਾ ਕੰਮ ਕਰ ਜਾਂਦਾ। ਕੀ ਬਾਤ ਹੈ ਮੈਮ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਤੁਹਾਡੇ ਨਾਲ ਹਨਾ ਤੇ ਜਾਂਦੇ ਜਾਂਦੇ ਨਾ ਨੰਗ ਬੰਦਾ ਦੀ ਬਜਰ ਗੱਲ ਕੀਤੀ ਹਨਾ ਉਹਦਾ ਸਾਈ ਜਰੂਰ ਹੋ ਜੇ ਤੇ ਕਿਉਂਕਿ ਨੰਗ ਬੰਦਾ ਚੱਕ ਲੋ ਚੱਕ ਲੋ ਵਾਲਾ ਗੀਤ ਉਹ ਵੀ ਹੋ ਸਕਦਾ ਪਰ ਇੱਕ ਧਾਰੇ ਦੇ ਵਿੱਚ ਧਾਰੇ ਚ ਬਿਲਕੁਲ ਇਹਦੇ ਵਿੱਚ ਵੀ ਪਵਨ ਚੋਟਿਆ ਨੇ ਲਿਖਿਆ ਸੀ ਸਪੀਡ ਚ ਆਇਆ ਸੀ ਗੀਤ ਔਰ ਇਹ ਚ ਗੱਲਾਂ ਸੱਚੀਆਂ ਸੀ ਬੜੀਆਂ ਚਲੋ ਰੀਲਾ ਰੂਲਾ ਦੇ ਵਿੱਚ ਇਹਦਾ ਰੋਲਾ ਪਿਆ ਤੇ ਖਾੜਾ ਨਾ ਲਵਾਏ ਐਸੇ ਕਲਾਕਾਰ ਦਾ ਖਾੜਾ ਨਾਲ ਲਵਾਈਏ ਐਸੇ ਕਲਾਕਾਰ ਦਾ ਗੀਤਾਂ 'ਚ ਗੋਲੀ ਨਾ ਜਿਹੜਾ ਬੰਦੇ ਮਾਰਦਾ ਖਾੜਾ ਨਾਲ ਲਵਾਈਏ ਐਸੇ ਕਲਾਕਾਰ ਦਾ ਗੀਤਾਂ 'ਚ ਗੋਲੀ ਨਾ ਜਿਹੜਾ ਬੰਦੇ ਮਾਰਦਾ ਨੈਟ ਦੇ ਸਟਾਰ ਤੋਂ ਨਹੀਂ ਪੈਸਾ ਵਾਰੀ ਦਾ ਨੈਟ ਦੇ ਸਟਾਰ ਤੋਂ ਨਹੀਂ ਪੈਸਾ ਵਾਰੀ ਦਾ ਸਟੇਜ 'ਉੱਤੇ ਪਤਾ ਲੱਗੇ ਕਲਾਕਾਰੀ ਦਾ ਸਟੇਜ 'ਉੱਤੇ ਪਤਾ ਲੱਗੇ ਕਲਾਕਾਰੀ ਦਾ ਉਹ ਫੁਕਰਾ ਕਰੂਗਾ ਸਦਾ ਗੱਲ ਫੁਕਰੀ ਹਰ ਗੱਲ ਜਾਂਦਾ ਏ ਜ਼ਬਾਨੋਂ ਮੁੱਕਰੀ ਫੁਕਰਾ ਕਰੂਗਾ ਸਦਾ ਗੱਲ ਫੁਕਰੀ ਹਰ ਗੱਲ ਜਾਂਦਾ ਏ ਜ਼ਬਾਨੋਂ ਮੁੱਕਰੀ ਚੰਗਿਆਂ ਕੰਮਾਂ ਨੂੰ ਸਦਾ ਰਹੇ ਟੋਕਦਾ ਜੰਗਿਆਂ ਕੰਮਾਂ ਨੂੰ ਸਦਾ ਰਹਿ ਟੋਕਦਾ ਨੰਗ ਬੰਦਾ ਪਿੰਡ ਦੀ ਤਰੱਕੀ ਰੋਕਦਾ ਮਾੜਾ ਬੰਦਾ ਪਿੰਡ ਦੀ ਤਰੱਕੀ ਰੋਕਦਾ ਸੋ ਬਹੁਤ ਵਧੀਆ ਗੱਲਾਂ ਬਾਤਾਂ ਰੱਖ ਜੀ ਤੁਹਾਡੇ ਨਾਲ ਹੋਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਟ ਕੇ ਸਟੂਡੀਓ ਪਹੁੰਚੇ ਅੱਜ ਬਹੁਤ ਬਹੁਤ ਸ਼ੁਕਰੀਆ ਜੀ ਆਪ ਸਭ ਦਾ ਰੂਬਰੂ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਔਰ ਇਸੇ ਤਰ੍ਹਾਂ ਸਾਰੇ ਜਣੇ ਜੁੜੇ ਰਹੋ ਔਰ ਜਿਹੜੇ ਆਰਟਿਸਟ ਪੰਜਾਬੀ ਨੂੰ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਂਦੇ ਨੇ ਭਾਵੇਂ ਕੋਈ ਚੈਨਲ ਹੈ ਭਾਵੇਂ ਕੋਈ ਆਰਟਿਸਟ ਕੋਈ ਵੀ ਹੋ ਉਹਨੂੰ ਸਪੋਰਟ ਕਰਿਆ ਕਰੋ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਗਰਾਰੇ ਨੂੰ ਜਿਸ ਤਰ੍ਹਾਂ ਦਿੱਤਾ ਹੈ ਅੱਗੇ ਵੀ ਬਹੁਤ ਸੋਹਣੇ ਸੋਹਣੇ ਗੀਤ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਰੂਪ ਰੂਪ ਮੈਡਮ ਰਾਖੀ ਹੁੰਦਲ ਹੋਂਾ ਦੇ ਨਾਲ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਸੱਭਿਆਚਾਰ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ ਔਰ ਆਉਣ ਵਾਲੇ ਸਮੇਂ ਵੀ ਉਹਨਾਂ ਨੇ ਕਿਹਾ ਵੀ ਮੈਂ ਸੱਭਿਆਚਾਰਕ ਗੀਤਾਂ ਨੂੰ ਤਰਜੀਹ ਦਿੰਦੀ ਰਹੂੰਗੀ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਸਸਿਕਾ ਰਮਰਖਾ